ਹਾਏ ਰੱਬਾ, ਤੂੰ ਵੀ ਮੇਰੇ ਵੈਰ ਹੀ ਪੈ ਗਿਆ। ਮਸਾਂ ਪਾਥੀਆਂ ਸੁੱਕੀਆਂ ਸੀਗੀਆਂ, ਫਿਰ ਗਿੱਲੀਆਂ ਕਰਤੀਆਂ। ਨਾਲੇ ਉਹਨੂੰ ਮੈਂ ਕਹੀ ਗਈ ਕੱਲ, ਡੱਕ ਕੇ ਪਿਆ ਰਿਹਾ ਵੀ ਭਾਈ ਪਾਥੀਆਂ ਚੁਕਾ ਦੇ, ਪਾਥੀਆਂ ਚੁਕਾ ਦੇ, ਮੀਂਹ ਆ ਗਿਆ, ਮੈਂ ਕੀ ਕਰੂੰਗੀ, ਘਰੇ ਬਾਲਣ ਵੀ ਹੈ ਨੀ ਗਾ। ਪਹਿਲਾਂ ਕੰਜਰ ਨੇ ਸਿਲੰਡਰ ਚੱਕ ਕੇ ਵੇਚਦਾ, ਕੀ ਕਰਾਂ, ਸਮਝ ਨੀ ਆਉਂਦੀ ਹੈਗੀ, ਐਂ ਤਾਂ ਔਖਾ ਹੋ ਜੂਗਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਤਾਂ ਠੀਕ ਆ ਸਰਪੰਚ ਸਾਹਿਬ, ਨਾ ਤੁਸੀਂ ਕਿੱਧਰ ਗਲਾਂ ਚ ਗੇੜੇ ਦਿੰਦੇ ਫਿਰਦੇ ਹੋ, ਇੰਨਾ ਮੀਂਹ ਪਿਆ ਗਾ। ਲੈ ਉਹ ਸਾਡਾ ਫਰਜ਼ ਹੈ, ਮੀਂਹ ਪੈ ਕੇ ਹਟਿਆ, ਨਾਲੇ ਤੈਨੂੰ ਮੈਂ ਕਿਹਾ ਕਿੱਲੇ ਗੋਏ ਚ ਕਿੱਧਰ ਮੱਥਾ ਮਾਰੀ ਜਾਂਦੀ ਹੈ, ਤੈਨੂੰ ਸਿਲੈਂਡਰ ਦਵਾ ਦੇਣਾ। ਸਿਲੈਂਡਰ ਦਵਾ ਦੇਣਾ, ਪਹਿਲਾਂ ਵੀ ਤਾਂ ਤੁਸੀਂ ਦਵਾਇਆ ਹੀ ਸੀਗਾ, ਤੇ ਫੇਰ ਚੱਕ ਕੇ ਵੇਚਤਾ ਉਹਨੇ, ਫੇਰ ਕੀ ਹੋ ਗਿਆ, ਤੂੰ ਹੁਕਮਾਂ ਤੇ ਕਰ, ਕਿਸ ਥਾਂ ਦੋ ਦਵਾ ਦੇਣਾ। ਉਹ ਤਾਂ ਠੀਕ ਆ ਸਰਪੰਚ ਸਾਹਿਬ, ਨਾ ਹੁਣ ਤੁਸੀਂ ਕਿੰਨੇ ਕੁ ਵਾਰੀ ਸਿਲੈਂਡਰ ਦਵਾਈ ਜਾਓਗੇ, ਸਾਡੇ ਤੇ ਤਾਂ ਤੁਹਾਡੇ ਪਹਿਲੇ ਹੀ ਅਹਿਸਾਨ ਬਹੁਤ ਨੇਗੇ, ਨਾਲੇ ਹਰ ਵਾਰੀ ਤੁਸੀਂ ਕਿਸੇ ਪੈਸਿਆਂ ਵੱਲੋਂ ਕਿਤੇ ਕਿਸੇ ਚੀਜ਼ ਦੀ ਕਿਤੇ ਕਿਸੇ ਚੀਜ਼ ਦੀ ਕਮੀ ਤਾਂ ਆਉਣ ਨਹੀਂ ਦਿੰਦੇ, ਹੁਣ ਵਾਰ ਵਾਰ ਤੁਹਾਨੂੰ ਨਾ ਕਹਿਣਾ, ਆਪ ਨੂੰ ਐਂ ਸ਼ਰਮਿੰਦਾ ਜਿਹਾ ਲੱਗਦਾ ਵੀ ਨਾ ਹੀ ਕਹੀਏ। ਇੱਧਰ ਆ ਜਾਓ ਸਰਪੰਚ ਸਾਹਿਬ, ਇੱਥੇ ਕੀੜੇ ਵਾਲੇ ਆ, ਹੋਰ ਕਿਤੇ ਉੱਤੇ ਚੜ ਜਾਣ। ਉਹ ਕੰਮੋ ਐਂ ਤਾਂ ਤੂੰ ਸਿਆਣੀ ਲੱਗਦੀ ਆ, ਉਹ ਮੈਂ ਤੈਨੂੰ ਇੱਕ ਸਵਾਲ ਪਾਇਆ ਸੀ, ਉਹਦਾ ਤੂੰ ਜਵਾਬ ਨਹੀਂ ਦਿੱਤਾ। ਸਵਾਲ? ਸਰਪੰਚ ਸਾਹਿਬ ਮੇਰੀ ਤਾਂ ਨਾ ਮੱਤ ਮਾਰੀ ਰੱਖਦਾ ਉਹ ਸ਼ਰਾਬ ਪੀ ਕੇ, ਤੁਹਾਨੂੰ ਪਤਾ ਜਦੋਂ ਬੰਦਾ ਘਰੇ ਹੀ ਪਿਆ ਰਵੇ ਡੱਕ ਕੇ, ਨਾ ਕੰਮ ਕਰੇ ਨਾ ਕਾਰ ਕਰੇ, ਦੇਖੋ ਮੈਂ ਇੰਨੀ ਪੜ੍ਹੀ ਲਿਖੀ ਸੀਗੀ ਹਨਾ, ਮੇਰੀਆਂ ਸਾਰੀਆਂ ਪੜੀਆਂ ਖੂਹ ਚ ਪਾ ਦਿੱਤੀਆਂ ਉਹ ਬੰਦੇ ਨੇ, ਘਰੇ ਪਿਆ ਰਹਿੰਦਾ, ਤੇ ਮੈਂ ਤਾਂ ਭੁੱਲ ਗਈ ਤੁਸੀਂ ਕੀ ਕਿਹਾ ਸੀਗਾ। ਉੱਤੇ ਕੰਮੋ ਉਹ ਸਮਝਦਾਰ ਲਈਤਾ, ਇਸ਼ਾਰਾ ਕਾਫੀ ਹੁੰਦਾ, ਗੱਲ ਸੁਣ ਤੂੰ ਮੇਰੀ, ਦੇਖ ਤੂੰ ਇੰਨੀ ਤੂੰ ਪੜ੍ਹੀ ਲਿਖੀ ਹੈ, ਨਾਲ ਤੈਨੂੰ ਮੈਂ ਨੌਕਰੀ ਲਵਾ ਦੂੰਗਾ, ਉਹ ਨਾਲ ਤੈਨੂੰ ਕੋਠੀ ਪਵਾ ਦੂੰਗਾ, ਹੈ ਪਰ ਤੈਨੂੰ ਇੱਕ ਕੰਮ ਕਰਨਾ ਪਊਗਾ। ਲੈ ਸਰਪੰਚ, ਕੰਮ ਦੀ ਕਿਹੜੀ ਗੱਲ, ਇੱਕ ਛੱਡ ਸੌ ਦੱਸੋ ਉਹ ਵੀ ਕਰ ਦੂੰਗੀ, ਜੇ ਮੈਨੂੰ ਨੌਕਰੀ ਮਿਲਦੀ ਹੈ ਤੇ ਹੋਰ ਮੈਨੂੰ ਕੀ ਚਾਹੀਦਾ ਗਾ, ਐਵੇਂ ਮੈਂ ਦੇਖ ਲਾ, ਮੈਨੂੰ ਤਾਂ ਇਹ ਆ ਵੀ ਪਤਾ ਕੀ ਆ, ਮੈਂ ਆਹ ਪਾਥੀਆਂ ਪੁੱਥੀਆਂ ਪੱਥ ਲੈਣੀ ਹੈਗੀ, ਦੁੱਧ ਪਾ ਦਿੰਦੀ ਆ ਮੱਝਾਂ ਦਾ, ਚੱਲ ਚਾਰ ਪੈਸੇ ਬਣ ਜਾਂਦੇ ਨੇ, ਮੈਂ ਕਿਹਾ ਜੇ ਕਿਤੇ ਹੋਰ ਕੰਮ ਕਰਨ ਜਾਊਂਗੀ ਨਾ ਲੋਕ ਸੌ ਸੌ ਗੱਲਾਂ ਕਰਦੇ ਆ, ਤੁਹਾਨੂੰ ਉਹੀ ਤਾਂ ਪਤਾ ਹੀ ਆ, ਕਿਹੜਾ ਫੜ ਲੈਣਾ, ਜਨਾਨੀਆਂ ਤੀਵੀਆਂ ਤਾਂ ਇਹੋ ਜਿਹੀਆਂ ਹੁੰਦੀਆਂ ਨੇਗੀਆਂ, ਮੂੰਹ ਆਈ ਗੱਲ ਬੋਲਦੀਆਂ ਨੇ। ਕੰਮੋ ਆ ਕਿਹੜੀ ਗੱਲ ਕਰਤੀ, ਉਹ ਮੈਂ ਪਿੰਡ ਦਾ ਸਰਪੰਚ ਆ, ਉਹ ਮੇਰੇ ਹੁੰਦੇ ਨਾ ਡਰਨ ਦੀ ਲੋੜ ਨਹੀਂ, ਪਰ ਨਾਲੇ ਲੋਕਾਂ ਦਾ ਕੀ ਕਹਿਣਾ, ਉਹ ਲੋਕਾਂ ਤੇ ਗੱਲ ਬਣਾ ਹੀ ਜਾਣੀ ਆ, ਤੇ ਹੁਣ ਵੀ ਸਰਪੰਚ ਵਾਲੀ ਕਹਿੰਦੇ ਆ ਨਾ। ਕੰਮੋ ਗੱਲ ਸੁਣ ਤੂੰ ਮੇਰੀ, ਉਹ ਸ਼ਰਾਬੀ ਤੋਂ ਕੀ ਕਰਨ ਸਾਡੇ ਪਰੇ, ਹੈ ਤੇਰਾ ਮੈਂ ਰਿਸ਼ਤਾ ਹੋਰ ਕਰਾ ਦੂ ਕਿਤੇ, ਮੇਰਾ ਹੱਥ ਗਰਮ ਹੋ ਜੂਗਾ। ਹੱਥ ਗਰਮ, ਮੈਂ ਸਮਝੀ ਨੀ ਕੁਛ, ਨਾਲੇ ਮੇਰੀ ਗੱਲ ਸੁਣ, ਥਾਂ ਥਾਂ ਖਸਮ ਕਰਨੇ ਕਿਹੜਾ ਸੌਖੇ ਆ, ਉਹ ਤੂੰ ਤੇ ਦੇਖ ਇੰਨੀ ਸੋਹਣੀ ਸੁਨੱਕੀ, ਹੈ ਉਹ ਸਰ ਵਾ ਕਮਾਲ ਤੇਰਾ, ਹੈ ਕਿੱਥੇ ਤੂੰ ਸੇੜੀ ਦੇ ਪੱਲੇ ਪਈਆਂ, ਉਹ ਮੇਰੇ ਤਾਂ ਜਾਨ ਨਿਕਲਦੀ ਆ ਕੰਮ, ਜਾਣ ਤੈਨੂੰ ਮੈਥੋਂ ਦੇਖਿਆ ਨੀ ਜਾਂਦਾ, ਉਹ ਜਦੋਂ ਤੈਨੂੰ ਕੁੱਟਦਾ ਉਹ ਮਾਰਦਾ ਨਾ, ਪਰ ਐਂ ਕਰ ਕੰਮ। ਸਰਪੰਚ ਸਾਹਿਬ ਸੋਹਣਾ ਤਾਂ ਉਹ ਵੀ ਬਥੇਰਾ, ਪਰ ਕੰਜਰ ਦੀਆਂ ਆਦਤਾਂ ਮਾੜੀਆਂ ਨੇਗੀਆਂ, ਮੈਨੂੰ ਤਾਂ ਸਾਂਹ ਲੱਗੇ, ਹੁਣੇ ਜਮਾਂ ਪਿੰਡਾਂ ਵਾਲੀਆਂ ਵਾਂਗੂ ਬੋਲਣ ਲੱਗਾ ਇਹ ਜਗ੍ਹਾ, ਮੈਂ ਵੀ ਕੀ ਕਰਾਂ, ਫਿਰ ਮੇਰੇ ਤਾਂ ਭਾਈ ਆਸ ਗੁਆਂਢ ਕੰਮ ਆਉਂਦਾ ਜਦੋਂ ਹਟਦਾ ਹੀ ਨੀ ਗਾ ਪੀਣ। ਲੱਗਦਾ ਲੋਹਾ ਗਰਮ ਹੈ, ਕੋਈ ਗੱਲ ਨੀ, ਇੱਕ ਦੋ ਦਿਨਾਂ ਚ ਹੋ ਹੀ ਜਾਊ ਬਣ। ਕੀ ਕੀ ਹੋ ਗਿਆ ਸਰਪੰਚ ਸਾਹਿਬ? ਉਹ ਬਸ ਮੈਂ ਐ ਕਰਾਂ, ਬਸ ਇੱਕ ਦੋ ਦਿਨਾਂ ਚ ਕੰਮ ਬਣੀ ਜਾਊ ਤੇਰਾ। ਅੱਛਾ ਹਾਂ ਕੋਈ ਗੱਲ ਨੀ, ਨਾਲੇ ਇੱਕ ਕੰਮ ਪੱਕਾ ਕਰਦੀ ਮੇਰਾ, ਦੁੱਧ ਚ ਪੱਤੀ ਦੇ ਪਿਆਏਗੀ ਨਾ। ਓ ਲੈ
ਦੁੱਧ ਛੱਡੋ ਸਰਪੰਚ ਸਾਹਿਬ, ਤੁਹਾਨੂੰ ਮੈਂ ਕੌਫੀ ਬਣਾ ਕੇ ਪਿਆਉਂਗੀ, ਠੀਕ ਹੈ ਨਾ, ਨਾਲੇ ਜਿਹੜਾ ਵੀ ਕੁਛ ਖਾਣਾ ਹੋਇਆ ਉਹ ਖਵਾਉਂਗੀ, ਕਰਾਰਾ ਮਿੱਠਾ ਜੋ ਵੀ ਖਾਣਾ ਹੋਇਆ, ਪਰ ਮੈਨੂੰ ਨੌਕਰੀ ਦਵਾ ਦੋ। ਨੌਕਰੀ ਤਾਂ ਦਵਾ ਦੋ, ਬਸ ਇੱਕ ਹੋਰ ਕੰਮ ਕਰਨਾ ਪਊ ਤੈਨੂੰ। ਚੱਲ ਕੋਈ ਗੱਲ ਨਾ, ਤੈਨੂੰ ਮੌਕਾ ਆਏ ਤਾਂ ਦੱਸੂਗਾ। ਚੰਗਾ ਠੀਕ ਹੈ ਸਰਪੰਚ ਸਾਹਿਬ, ਮੇਰੀ ਨੌਕਰੀ ਪੱਕੀ ਤੇ ਤੁਹਾਡਾ ਕੰਮ ਪੱਕਾ। ਬਸ ਠੀਕ ਹੈ, ਚੱਲ ਮੈਂ ਘਰੇ ਮਾਰੂ ਤੇਰੇ ਗੇੜਾ ਕਦੇ। ਚੱਲ ਠੀਕ ਹੈ, ਮੈਂ ਵੀ ਸਰਪੰਚ ਸਾਹਿਬ ਜਾਣੀ ਹੈ ਕਿ ਤੂੰ ਪਾਠਾਂ ਦਾ ਬੱਠਲ ਮੰਗ ਕੇ ਲਿਆਉਣਾ ਪਊ ਮੈਨੂੰ। ਉਹ ਤੂੰ ਕਿਉਂ ਮਰਦੀ, ਆਪਾਂ ਦੇ ਬਾੜੇ ਚ ਪਗ ਜਾ। ਹੈ ਆਇਆ ਤੇ ਜੇ ਸਰਪੰਚ ਨਹੀਂ ਗੱਲ ਪੈ ਗਈ ਮੇਰੇ। ਤੂੰ ਐਂ ਕਰੀ, ਚੱਲ ਕੋਈ ਗੱਲ, ਸਰਪੰਚੀ ਦਾ ਡਰ ਲੱਗਦਾ, ਤੂੰ ਐਂ ਕਰ। ਹਾਂ ਦੇਖ ਸਰਪੰਚ ਸਾਹਿਬ, ਤੁਸੀਂ ਤਾਂ ਜਵਾਨਾਂ ਐਵੇਂ ਫੜਾਉਂਦੇ ਫਿਰਦੇ ਰਹਿੰਦੇ ਹੋਗੇ, ਫਿਰ ਉਹ ਜਿਹੜੀ ਤੁਹਾਡੀ ਜਨਾਨੀ ਹੈ ਨਾ, ਉਹ ਤਾਂ ਇਹ ਨਹੀਂ ਪਤਾ ਕਿਸੇ ਨੂੰ ਕੀ ਬੋਲੇ, ਜੇ ਮੇਰੇ ਗੱਲ ਪੈ ਗਈ ਫਿਰ ਮੈਂ ਕੀ ਕਹੂੰਗੀ। ਤੇਰੇ ਵਾਸਤੇ ਮੈਂ ਨਾ ਕੀਰਾ ਖਰੀਦ ਦੂੰਗਾ, ਤੂੰ ਕਹਿ ਦੱਸੀ ਇੱਕ ਵਾਰੀ। ਬਸ ਚਲੋ ਕੋਈ ਨਾ, ਮੈਂ ਤਾਂ ਮੁੱਲੀ ਲੈ ਲੂੰਗੀ, 35 ਰੁਪਈਆਂ ਦਾ ਟੋਕਰਾ ਹੈਗਾ, ਮੁੱਲੀ ਲੈ ਲੂੰਗੀ। ਉਹ ਕੋਈ ਗੱਲ ਨੀ, ਤੇਰੇ ਵਾਸਤੇ ਮੈਂ ਸਿਲੰਡਰ ਦਾ ਇੰਤਜ਼ਾਮ ਕਰਦਾ। ਕੋਈ ਗੱਲ ਨੀ, ਵੇਚਤਾ ਵੇਚਤਾ, ਕੋਈ ਗੱਲ ਨੀ, ਫਿਕਰ ਨਾ ਕਰੀ। ਚੰਗਾ ਠੀਕ ਹੈ ਸਰਪੰਚ ਸਾਹਿਬ। ਚੰਗਾ ਅੱਛਾ, ਦਿਲ ਖੁਸ਼ ਕਰਤਾ, ਕਿਹੜਾ ਤੇਰੀ ਆ, ਪਰ ਕੋਈ ਗੱਲ ਨੀ, ਕਹ ਤੱਤੀ ਖੀਰ ਖਾਈਏ ਤਾਂ ਮੂੰਹ ਮੱਚ ਜਾਂਦਾ, ਆਪਾਂ ਠੰਡੀ ਕਰਕੇ ਖਾਵਾਂਗੇ। ਹਾਏ ਹਾਏ ਕਮੋ, ਸਾਲਿਆਂ ਦੀ ਪਤਾ ਨੀ ਕਿੱਧਰ ਮਰੀ ਆ, ਆ ਆਉਂਦੀ ਆ। ਹਾਏ ਰੱਬਾ, ਨਾ ਇਹ ਧੁੱਪੇ ਪੈ ਗਿਆ, ਸਰੀਰ ਜਿਹਾ ਟੁੱਟੀ ਜਾਂਦਾ। ਗੱਲ ਸੁਣ ਮੇਰੀ, ਰੋਟੀ ਲਿਆ ਨਾ। ਅਗੇ ਸਰੀਰ ਟੁੱਟੀ ਜਾਂਦਾ, ਸ਼ਰਮ ਤਾਂ ਆਉਂਦੀ ਨੀ, ਰਾਤ ਨੂੰ ਤਾਂ ਡੱਕ ਕੇ ਪੈ ਜਾਂਦਾ, ਨਾ ਤੈਨੂੰ ਇਹ ਫਿਕਰ ਹੁੰਦੀ ਆ ਵੀ ਘਰੇ ਰਾਸ਼ਨ ਹੈਗਾ ਕਿ ਨਹੀਂ। ਇਹ ਕਿਹੜਾ ਪਿਓ ਦੀ ਪੀਨਾ, ਮੈਂ ਆਪਦੀ ਕਮਾਈ ਕਰਕੇ ਪੀਨਾ। ਆਏ ਆਏ ਠਾਈ ਮਾੜਾ ਜਾ, ਘਰੇ ਬਾਲਣ ਹੈ ਨੀ ਗਾ, ਸਾਰੀਆਂ ਭਿੱਜ ਗਈਆਂ, ਮੀਂਹ ਪੈ ਗਿਆ ਉੱਤੇ। ਦੱਸ ਮੈਂ ਕੀ ਕਰਾਂ, ਮੈਂ ਹੁਣ ਤੇਰਾ ਗੋਹਾ ਢੋਣ ਤੇ ਰੱਖਿਆ ਵਾ, ਮੈਂ ਰੋਟੀ ਮੰਗੀ ਆ, ਬਾਲੀਆਂ ਗੱਲਾਂ ਨੀ ਸੁਣ। ਨਾ ਚੁੱਲ੍ਹੇ ਚ ਕਿਵੇਂ ਤੈਨੂੰ ਲਾ ਦਾ, ਦੱਸ ਮੈਨੂੰ, ਕਰ ਪਰੇ ਕਰ, ਬੈਠਾ ਦੇ ਗਿਆ ਕਰ ਮੈਨੂੰ ਵੀ, ਨਾ ਲੀੜਾ ਲਿਆ ਕੇ ਦੇਣਾ, ਨਾ ਕੱਪੜਾ ਆਪਦੀ ਭੈਣ ਦੇ ਮੰਗੇ ਤੰਗੇ ਪਾਉਂਦੀ ਹੈਗੀ। ਬੈਉ ਘਰ ਹੋ ਜਾ, ਬੈਠਦਾ ਜਾ ਨਾ, ਮੇਰੇ ਸਾਲੇ ਦੇ ਅੰਦਰ ਜਾ ਕੇ ਰੋਟੀ ਰੁਟੀ ਲਾ ਲਾ, ਮੇਰੇ ਸਣਾਣੇ ਬਹਿ ਗਈ। ਹਾਂ ਰੋਟੀਆਂ ਕਾਹਦੀਆਂ ਲਾ ਦਾ, ਲੱਤਾਂ ਡਾਹ ਦਾ ਤੇਰੀਆਂ ਵਿੱਚ, ਦੱਸ ਮੈਨੂੰ। ਉਹ ਤਾਂ ਭਲਾ ਹੋਵੇ ਵਿਚਾਰੇ ਸਰਪੰਚ ਦਾ, ਅੱਜ ਮੈਨੂੰ ਮਿਲਿਆ ਜਦੋਂ ਮੈਂ ਬਾੜੇ 'ਚ ਗਈ ਸੀਗੀ, ਮੈਨੂੰ ਕਹਿੰਦਾ ਨਾਲੇ ਤਾਂ ਤੈਨੂੰ ਨੌਕਰੀ ਦਵਾ ਦਿੰਦਾ ਗਾ, ਨਾਲੇ ਕਹਿੰਦਾ ਇੱਕ ਦੇ ਵੀ ਦੋ ਸਿਲੈਂਡਰ ਦਵਾ ਦੂੰ, ਤੇ ਪਹਿਲਾਂ ਉਹਨੇ ਦਵਾਇਆ ਸੀ ਉਹ ਵੀ ਚੱਕ ਕੇ ਤੂੰ ਵੇਚਤਾ, ਮੈਂ ਕੀ ਕਹਿੰਦੀ ਉਹਨੂੰ, ਉਹੀ ਚੰਗਾ ਵਿਚਾਰਾ। ਕੀ 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 ਕੀ, ਆ ਮੇਰੇ ਸਾਲੇ ਦੇ ਜਿਨ੍ਹਾਂ ਨੂੰ ਸਰਪੰਚ ਨੇ ਸਿਲੰਡਰ ਦਵਾਇਆ ਨਾ, ਉਹਨਾਂ ਦੇ ਘਰੇ ਰੋਟੀ ਨੀ ਪੱਕੀ ਦੁਬਾਰੇ। ਹਾਂ ਲੁੱਚਾ ਬੰਦਾ ਉਹ ਸਿਰੇ ਦਾ, ਤੇ ਨਾਲੇ ਆਹ ਇਹਨਾਂ ਨੂੰ ਨੌਕਰੀ ਦਵਾਈ ਆ ਨਾ, ਉਹਦੀ ਤਨਖਾਹ ਫਿਰ ਹੋਟਲਾਂ 'ਚ ਹੀ ਜਾਂਦੀ ਆ। ਬਾਹਰ ਮੇਰੀ ਗੱਲ ਸੁਣ, ਗੱਲਾਂ ਦੀ ਅੱਗੇ ਸਾਲੀ ਗੱਲਾਂ ਦੀ ਹੱਦ ਹੋ ਗਈ ਹੈਗੀ, ਉਹਦੇ ਤੋਂ ਨਾ ਦੂਰ ਹੀ ਰਹਿ, ਲੁੱਚਾ ਬੰਦਾ ਸਿਰੇ ਦਾ। ਨਾ ਤੈਨੂੰ ਇਹ ਕੀ ਕਹਿਣ ਦਾ ਹੱਕ ਆ, ਘਰੋਂ ਬਾਹਰ ਤਾਂ ਤੂੰ ਨਿਕਲਦਾ ਨਹੀਂ ਹੈਗਾ ਗਾ, ਵੀ ਭਾਈ ਕਿਸੇ ਦੇ ਦੁੱਖ ਦੇ ਸੁੱਖ ਦੇ ਗਿਆ ਕਦੇ ਤੂੰ, ਦੱਸ ਮੈਨੂੰ। ਆਹੀ ਕੁਛ ਕਰੇਗਾ, ਘਰੇ ਰਾਸ਼ਨ ਪਾਣੀ ਲਿਆਉਣ ਦਾ ਤੈਨੂੰ ਫਿਕਰ ਹੈ ਨੀ ਗਾ। ਰੋਟੀ ਬਣਾ, ਆ ਮਾਰਨਾ ਨੀ ਕੁਛ ਬਣਦਾ, 50 ਰੁਪਏ ਹੈਗੇ ਮੇਰੇ ਕੋਲ, ਜਾ ਕੇ ਆਰੇ ਤੋਂ ਲੱਕੜਾਂ ਲਿਆ ਦੇ। ਉਂਬਾ ਜਾ, ਤੇ ਲੱਤਾਂ ਟੁੱਟੀਆਂ ਵਾਂ ਮੇਰੇ ਸਾਲਿਆਂ ਦੀ, ਮੇਰੀ ਢੂਈ ਅੱਗੇ ਦਰਦ ਕਰੀ ਜਾਂਦੀ ਆ। ਨਾ
ਹੁਣ ਸਰਪੰਚ ਨੇ ਬੁਲਾ ਲਿਆ ਮੈਨੂੰ, ਸਰਪੰਚ ਲੁੱਚਾ ਹੋ ਗਿਆ। ਮੁੜ ਕੇ ਮੈਂ ਆਰੇ ਤੇ ਬਾਗੀ, ਤੈਨੂੰ ਤਾਂ ਆਰੇ ਵਾਲਾ ਵੀ ਲੁੱਚਾ ਦਿਸੂਗਾ। ਤੈਨੂੰ ਸੁੱਚਾ ਦੀ ਦਾ ਕਿਹੜਾ, ਆਪ ਦਾ ਤੂੰ ਧੰਦਾ ਕਰਨਾ ਨੀ ਹੈਗਾ। ਉਹ ਨਹੀਂ ਲਾਉਣੀ ਰੋਟੀ, ਕਿੰਨੇ ਪੈਸੇ ਤੇਰੇ ਕੋਲੇ? 50 ਲੈ, 20 ਹੋਰ ਪਾ ਕੇ ਦੇ, ਮੈਂ ਪੌਗਾ ਲਾਇਆ ਹੁੰਦਾ। ਸੱਪ ਲੜਨਿਆ ਬੇ, ਮੈਨੂੰ ਦੱਸ ਮੈਂ ਕੀ ਕਰਾਂ ਤੇਰਾ ਮੈਂ ਹੁਣ। ਮੇਰੇ ਕਰਮ ਫੁੱਟ ਗਏ ਸੀ, ਮੇਰੇ ਮਾਂ ਬਾਪ ਤੈਨੂੰ ਦੇਖਣ ਆਇਆ, ਪੜ੍ਹੀ ਲਿਖੀ ਕੁੜੀ ਤੇਰੇ ਮਗਰ ਲਾ ਕੇ ਨਾ ਮਾਰਦੀ ਜਮਾ ਮੇਰੇ, ਦਰਦ ਹੋਈ ਜਾਂਦਾ, ਹੁਣ ਤਾਂ ਪੌਗੇ ਨਾ ਹਟੂਗਾ। ਮੈਨੂੰ ਦੇ ਦੇ 20 ਰੁਪਏ ਹੋਰ, ਮੈਂ ਬਹੁਆ ਪੀ ਲਾ। ਰੋਟੀ ਦਾ ਕੀ ਕਰਨੀ, ਮੂਤ ਪੀਣ ਦੀ ਹੈਗੀ। ਚੱਲ ਮਨਾ, ਮੈਂ ਵੀ ਤਾਂ ਢਿੱਡ ਭਰਨਾ ਵਾ, ਨਹੀਂ ਲਿਆਵਾਂ ਮੰਗ ਤੰਗ ਕੇ ਕਿਤੋਂ ਹੀ ਨੀ ਜਾਂਦਾ ਕੰਜਰ। ਮੇਰੇ ਸਾਲੇ ਨੂੰ ਸੀਰੀ ਨੂੰ ਆਖੇ ਨਾ, ਮੈਂ ਖੱਪਣ ਲਿਆ ਪੜਦੀ ਪੱਟੇ ਹੀ ਨੀ ਕਰਦਾ ਉਹਦੇ ਨਾਲ ਵੀ ਗੱਲ। ਚਾਹ ਤਾਂ ਬਣ ਗਈ, ਚੱਲ ਸਰਪੰਚ ਸਾਹਿਬ ਵੀ ਆਈ ਗਏ, ਹੁਣ ਨਾਲੇ ਚਾਹ ਪੀ ਲੈਣਗੇ। ਪੰਚਰੀਆ ਕਿੱਥੇ ਆ? ਹਾਂਜੀ, ਉਹ ਕੀ ਕਰੀ ਜਾਂਦੀ ਹੈ? ਕੁਛ ਨੀ, ਮੈਂ ਤਾਂ ਚਾਹ ਜੀ ਬਣਾ ਕੇ ਹਟੀ ਸੀ। ਨਾਲ ਕਦੇ ਕੁਛ ਨੀ, ਨਾਲ ਚਾਹ ਬਣਾਈ, ਐਂ ਕਹ ਮੈਂ ਚਾਹ ਬਣਾਈ ਜਾਂਦੀ ਸੀ, ਤੁਸੀਂ ਪੀਣੀ ਹੈ? ਚਲੋ ਠੀਕ ਆ, ਐਂ ਕਹਿ ਦਿੰਦੀ ਹੈ ਮੈਂ ਚਾਹ ਬਣਾ ਕੇ ਹਟੀ, ਤੁਸੀਂ ਪੀਣੀ ਹੈ? ਹਾਂ ਪੀਣੀ ਆ, ਲੈ ਲਿਆ ਕੱਪ ਕੱਪ, ਗੱਲਾਂ ਵੀ ਕਰਨੀਆਂ ਦੋ। ਭੁੱਲਿਆ ਭਾਗਵਾਨ ਨੇ ਚਾਹ। ਦੇਖ ਭਾਗਵਾਨ ਨੇ, ਮੈਂ ਤੇਰੇ ਨਾਲ ਇੱਕ ਗੱਲ ਕਰਨੀ, ਤੂੰ ਨਾ ਕੰਮ ਕਰਦੀ ਚੰਗੀ ਨੀ ਲੱਗਦੀ। ਮੈਨੂੰ ਕਿਸੇ ਕੀਤਾ ਕੰਮ ਪਸੰਦ ਨੀ ਆਉਂਦਾ। ਉਹ ਪਾਗਲੇ, ਉਹ ਜਿਵੇਂ ਤੂੰ ਕਹੇਂਗੀ ਨਾ ਉਵੇਂ ਕਰੂ ਕੰਮ, ਨਾਲੇ ਮੈਂ ਕੰਮ ਵਾਲੀ ਵਧੀਆ ਰੱਖਣ ਨੂੰ ਫਿਰਦਾ। ਕੰਮ ਵਾਲੀ ਪੜ੍ਹੀ ਲਿਖੀ ਸੋਹਣੀ ਸੁਨੱਕੀ ਹੈ, ਨਾਲ ਤੇਰੀ ਜਾਣ ਪਛਾਣ ਵਾਲੀ ਹੈ, ਤੂੰ ਇੱਕ ਵਾਰੀ ਹਾਂ ਤੇ ਕਰ। ਕੌਣ ਆ? ਉਹ ਨਾਲੇ ਨਾ ਉਹਨਾਂ ਟਾਈਮ ਪਾਸ ਵੀ ਹੋ ਜੂਗਾ, ਵਿਚਾਰੇ ਨਾ ਬਾਹਲੇ ਗਰੀਬ ਆ, ਉਹਦੇ ਘਰ ਵਾਲ ਨਸੇੜੀ ਆ, ਮੈਨੂੰ ਬੜਾ ਦਿਲ ਨੂੰ ਦੁੱਖ ਲੱਗਦਾ ਜਦੋਂ ਉਹਨਾਂ ਨੂੰ ਕੁੱਟਦਾ ਮਾਰਦਾ ਪੈਸਿਆਂ ਕਰਕੇ। ਹੈ ਜੇ ਮੈਂ ਉਹਨੂੰ ਪੈਸੇ ਦਿੰਦਾ ਨਾ, ਪੈਸੇ ਲੈਂਦੀ ਨਹੀਂ ਕਦੀ, ਮੈਂ ਹੱਕ ਹਲਾਲ ਦੇ ਪੈਸੇ ਲਊਂਗੀ। ਮੈਨੂੰ ਕੋਈ ਕੰਮ ਦਵਾ ਦੇ ਤੇ ਮੈਨੂੰ ਨੌਕਰੀ ਦਵਾ ਦੇ, ਮੈਂ ਨੌਕਰੀ ਤਾਂ ਕੋਈ ਮਿਲਦੀ ਨਹੀਂ। ਹੈਂ ਜੇ ਨੌਕਰੀ ਮਿਲ ਗਈ ਤੈਨੂੰ ਉੱਧਰ ਲਵਾ ਦਾਂਗੇ, ਪਰ ਇੰਨਾ ਕਰ ਸਕਦਾ ਮੈਂ ਆਪਦੇ ਘਰੇ ਕੰਮ ਲਵਾ ਸਕਦਾ। ਦੇਖ ਲਾ ਆਪਾਂ ਨਾ ਪੁੰਨ ਨਾਲੇ ਕਲੀਆਂ। ਪਰ ਐਂ ਦੱਸੋ ਵੀ ਹੈ ਕੌਣ ਉਹ? ਉਹ ਦੱਸੀ ਦੇ ਜਾਣਾ, ਉਹ ਤੇਰੀ ਸਹੇਲੀ ਕੰਮੋ। ਆ ਬੰਨੇ ਹੱਥ ਦੋਨੇ, ਕੰਮਾਂ ਨੂੰ ਇੱਥੇ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ। ਤੁਹਾਨੂੰ ਪਤਾ ਦੀ ਘਰ ਵਾਲੇ ਦੇ ਸੁਭਾਅ ਕਿਹੋ ਜਿਹੇ, ਕਿੰਨਾ ਬੇਕਾਰ ਆ ਉਹ। ਉਹ ਯਾਰ ਧਮਾਲ ਕਰੀ ਜਾਂਦੀ ਹੈ, ਆਪਾਂ ਉਹਦੇ ਘਰ ਵਾਲਾ ਥੋੜ੍ਹੀ ਰੱਖਣਾ, ਉਹ ਕੰਮੋ ਰੱਖਣੀ ਹੈ, ਕੰਮੋ ਕੰਮੋ ਰੱਖਣੀ, ਕੰਮੋ ਜਿੱਥੇ ਉਹ ਕੰਮ ਕਰੂਗੀ ਉਹਦੇ ਘਰ ਵਾਲੇ ਨੂੰ ਤਾਂ ਪਤਾ ਹੀ ਹੋਊਗਾ ਨਾ।
ਉਹ ਉਦੀ ਦੇ ਮਗਰ ਆ ਜਾਂਦਾ, ਕਦੇ 100 ਦੇ ਦੇ ਕਦੇ 50 ਦੇ ਦੇ, ਉਹਨੇ ਆਪਣਾ ਖੇੜਾ ਨਹੀਂ ਛੱਡਣਾ ਹੈਗਾ। ਨਾਲੇ ਤਾਂ ਉਹ ਪੈਸੇ ਮੰਗ ਮੰਗ ਸਾਰੇ ਲੈ ਜਾ ਕਰੋ, ਨਾਲੇ ਕੰਮੋ ਦੀ ਤਨਖਾਹ ਵਿੱਚ ਪਈ ਰਹੋ, ਘਾਟੇ 'ਚ ਜਾਊਂਗੇ, ਮੈਂ ਤਾਂ ਆਪੇ ਕੰਮ ਕਰ ਲਿਆ ਕਰੂੰਗੀ, ਕੋਈ ਜ਼ਰੂਰਤ ਨਹੀਂ ਹੈਗੀ ਬਸ। ਉਹ ਯਾਰ ਉਹ ਫਿਰ ਕਿਉਂ ਜੂ, ਉਹ ਲੈ ਜੂ ਵੱਧ ਤੋਂ ਵੱਧ 2-3 ਹਜ਼ਾਰ ਦੀ ਦਾਰੂ ਪੀ ਜੂਗਾ, ਉਹ ਵਿਚਾਰੇ ਟਾਈਮ ਪਾਸ ਤੇ ਵਧੀਆ ਹੋ ਜੂਗਾ। ਬਸ ਲੋੜ ਨਹੀਂ, ਮੈਂ ਕਿਹਾ ਨਾ ਵੀ ਨਹੀਂ ਮੈਂ ਆਪੇ ਕੰਮ ਕਰ ਲਿਆ ਕਰੂੰਗੀ, ਕੋਈ ਬਿਨਾਂ ਮਤਲਬ ਤੋਂ ਪਿੱਛੇ ਪੈ ਜਾਣਾ ਕੋਈ ਗੱਲ ਦੇ। ਯਾਰ ਤੂੰ ਨਾ ਪੁੰਨ ਕਰਨ ਦੀ ਮੈਨੂੰ ਹੈ, ਪੁੰਨ ਕਰਨਾ ਕੋਈ ਨਾ, ਉਹਨੂੰ 2-4 ਸੂਟ ਲੈ ਦੇ, ਕੋਈ ਕੋਈ ਹੋਰ ਕੱਪੜਾ ਲੀੜਾ ਹੋਇਆ, ਕੋਈ ਰਾਸ਼ਨ ਹੋਇਆ ਉਹ ਲੈ ਦੇ। ਉਹ ਯਾਰ ਉਹ ਪਰ ਉਹੀ ਗੱਲ, ਉਹ ਕਹਿੰਦੇ ਮੈਂ ਮਿਹਨਤ ਕਰਕੇ ਲੈਣੇ ਆ ਪੈਸੇ, ਉਹ ਮੈਂ ਲੈਂਦੀ ਨਹੀਂ। ਕਿਤੇ ਹੋਰ ਕੰਮ ਤੇ ਲਵਾ ਦਿਓ, ਪਰ ਨਾ ਇੱਥੇ ਆਪਣੀ ਜਾਨ ਨਾ ਸੁਪਨੇ ਪਾ ਦੇਣੀਆਂ ਨੇ। ਉਹ ਮੈਂ ਤੇਰੇ ਕਰਕੇ ਲਵਾਉਣਾ ਹੈ, ਤੇਰਾ ਆਪਰੇਸ਼ਨ ਨਹੀਂ ਹੈ, ਉਹ ਆਪਰੇਸ਼ਨ ਕਰਾ ਲਾਂਗੇ, ਨਾਲ ਤੇਰਾ ਆਪਰੇਸ਼ਨ ਕਰਾ ਲਾਂਗੇ। ਮੈਂ ਨਹੀਂ ਕਰਾਉਣਾ ਆਪਰੇਸ਼ਨ ਆਪਰੂਸ਼ਨ, ਮੈਨੂੰ ਡਰ ਲੱਗਦਾ, ਨਾਲੇ ਆਪਰੇਸ਼ਨ ਕਰਵਾ ਲਾਂਗੇ ਯਾਰ, ਤਾਂ ਬਿਨਾਂ ਆਪਰੇਸ਼ਨ ਤੋਂ ਹੀ ਠੀਕ ਆ। ਪਰ ਨਾ ਮੈਥੋਂ ਨਹੀਂ ਰੋਜ਼ ਰੋਜ਼ ਉਹਦੇ ਘਰ ਵਾਲੇ ਨਾਲ ਲੜ ਹੋਣਾ, ਉਸ ਤਾਂ ਚੱਲ ਜਾ ਕਰਨਾ ਬਾਹਰ, ਪਿੱਛੋਂ ਕੌਣ ਲੜਿਆ ਕਰੋ ਉਹਦੇ ਨਾਲ। ਉਹ ਲੜਨ ਦੀ ਗੱਲ ਨਹੀਂ, ਅਜੇ ਤੈਨੂੰ ਕੁਛ ਹੋ ਗਿਆ ਹੈਂ, ਮੇਰਾ ਕੀ ਬਣੂ। ਆਈ ਕਿਤੇ ਜਾਨ ਨਿਕਲਣੀ ਸੌਖੀ ਪਈ ਆ, ਮੈਨੂੰ ਕੁਛ ਹੋ ਗਿਆ ਤਾਂ ਬਿਮਾਰੀ ਦਾ ਕੀ ਪਤਾ, ਘਰੋਂ ਬਾਹਰ ਜੇ। ਕੋਈ ਨਾ ਜਦੋਂ ਵਧੂਗੀ ਤਾਂ ਦੇਖੀ ਜਾਊਗੀ, ਉਦੋਂ ਕਿਸੇ ਹੋਰ ਨੂੰ ਲਾਵਾਂਗੇ ਕੰਮ ਤੇ, ਪਰ ਕੰਮੋਂ ਨਹੀਂ। ਠੀਕ ਹੈ, ਅਗਲਾ ਸਵੇਰੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ। ਤੂੰ ਨਾ ਮੇਰੀ ਗੱਲ ਮੰਨੀ ਹੈਂ, ਚੱਲ ਠੀਕ ਹੈ, ਮੈਂ ਸਾਰੀਆਂ ਮੰਨੀਆਂ ਨੇ ਨਾ, ਚੱਲ ਠੀਕ ਹੈ, ਮੱਛੜੀਆਂ ਨੂੰ ਚੋਗਾ ਪਾਇਆ ਵਾਂ। ਚਾਹ ਤਾਂ ਪੀ ਜੋ, ਚਾਹ ਪੀਣਾ ਪਹਿਲਾਂ, ਤੂੰ ਤਾਂ ਸਾਰਾ ਮੂਡ ਖਰਾਬ ਕਰ ਦਿੰਦੀ ਮੇਰੇ। ਕੰਮ ਵਾਲੀ ਆ, ਹੋਰ ਲਾ ਲਿਆ ਕੋਈ ਵੀ, ਜ਼ਰੂਰੀ ਆ ਉਹ ਕੀ ਬੰਨੀ ਹੋਈ ਆ। ਉਹ ਸਮਝਾ ਦੂੰ ਤੇ ਘਰ ਵਾਲੇ ਨੂੰ ਮੈਂ, ਕੋਈ ਨਾ ਦੇਖ ਲਾਂਗੇ ਤੁਹਾਡਾ ਸਮਝਿਆ ਹੋਇਆ। ਚੱਲ ਠੀਕ ਹੈ, ਮੈਂ ਚੋਗਾ ਪਾਇਆ ਵਾਂ। ਪਾਇਆ ਚਿੜੀਆਂ ਨੂੰ ਦਾਣਾ ਪਾਉਣ ਗਏ ਨੇ। ਅੱਛਾ, ਦਾਣਾ ਚਲ ਜਾ ਤੁਸੀਂ। ਦਾਣਾ ਤਾਂ ਪਾਈ ਨੂੰ ਚਿੜੀਆਂ ਨੂੰ, ਜਿਹੜਾ ਪਾਉਣ ਵਾਲਾ ਚੋਗਾ ਉਹ ਤਾਂ ਪਾ ਦੋ। ਅੱਛਾ, ਓਹੋ ਕਲੱਕੀ, ਉਹ ਲੱਕੀ ਉਹ ਚੋਗਾ ਤਾਂ ਮੈਂ ਖਲਾਰ ਆਇਆ ਤੇ ਜਾਲ ਵਿਛਾ ਆਇਆ ਆ। ਬਸ ਕਬੂਤਰੀ ਇੱਕ ਵਾਰੀ ਦਾਣਾ ਚੁਗੇ ਸੀ, ਉਹਦੀ ਸਮਝ ਜਾਲ ਚ ਅੜ ਗਈ। ਨਾ ਫਿਕਰ ਕਰ ਦੋ, ਪਰ ਇੱਕ ਕੰਮ ਆਏ ਆ, ਪਰ ਉਹਨੂੰ ਮੈਂ ਚੋਗਾ ਕਿੱਥੇ ਪਾਇਆ ਤੇ ਕਿਵੇਂ ਪਾਇਆ ਉਹ ਤੂੰ ਦੱਸਣਾ। ਹੁਣ ਦੱਸ ਜਾ ਕੇ ਵੀ ਇੱਥੇ ਤੇਰਾ ਚੋਗਾ ਪਿਆ, ਭਾਜਾ ਤੇ ਚੋਗ ਜਾਲ ਚ ਭਾਜਾ। ਹੁਣ ਇੰਨਾ ਤਾਂ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਕੁਛ ਨਾ ਕੁਛ ਕਰਤਾ ਹੈ, ਪਰ ਮੈਂ ਕਰਾਂ ਕੀ, ਮੈਨੂੰ ਵੀ ਤਾਂ ਸਮਝਾਓ। ਉਹ ਲੈ ਉਹ ਲੱਕੀ, ਉਹ ਤੂੰ ਕਿਹੜਾ ਜਵਾਕ ਆ, ਉਹ ਨਹੀਂ ਤੈਨੂੰ ਸਮਝ ਆਉਂਦੀ ਤੇ ਮੈਂ ਦੱਸ ਦਿੰਦਾ ਤੈਨੂੰ। ਲੈ ਉਹਦੇ ਘਰ ਕਰਨਾ, ਬਸ ਹਾਂ ਆਹ ਕੰਮ ਕਰੀ ਤੂੰ।
ਬਸ ਇੰਨਾ ਕੰਮ ਦਾ ਕੀ ਆ, ਇਹ ਤਾਂ ਹੋਇਆ ਲੈ। ਮੈਂ ਇੱਕ ਗੱਲ ਹੋਰ ਕਰਦਾ ਜੀ ਸਰਪੰਚ ਸਾਹਿਬ। ਕੀ ਕਰਨੀ ਆ ਦੱਸ। ਜਿਹੜਾ ਗੰਗੇ ਦਾ ਛੋਟਾ ਮੁੰਡਾ ਨਹੀਂ ਹੈਗਾ? ਹਾਂ, ਐਮ ਪੀ ਸੀਜੇ ਲਾਉਣ ਗਿਆ ਸੀਗਾ। ਹਾਂ ਉਹ ਜਾਂਦੇ ਰਹਿੰਦੇ, ਨਾਲੇ ਧੁੱਕਵਾਰਾ ਹੈਗਾ। ਉੱਥੋਂ ਦੀ ਕੋਈ ਭਈਆ ਰਾਣੀ ਲੈ ਆਇਆ? ਭਈਆ ਰਾਣੀ ਲੈ ਪੈਂਦਾ? ਹੋਰ ਉਹ ਪੈਂਦੇ ਵੀਰੋ, ਉਹ ਸਾਡੇ ਤੋਂ ਤਾਂ ਭਈਆ ਦਾ ਭਈਆ ਰਾਣੇ ਦਾ ਪਹਿਲੇ ਪੰਜਾਬ ਭਰਿਆ ਪਿਆ ਹੈ। ਤੁਸੀਂ ਭੈਣ ਦੇ ਮਾੜੇ ਮੋਟੇ ਘੜੀ ਰਹਿ ਗਏ, ਉਹ ਵੀ ਚੱਕੀ ਆਉਣੇ। ਤੈਨੂੰ ਪਤਾ ਗਾ ਉਹਨਾਂ ਦਾ ਲਾਣਾ ਵਾਣਾ ਕਿੰਨਾ ਉਹ ਆ। ਕਦੀਤੀ ਹੈਗਾ, ਉਹਦਾ ਤਾਇਆ ਉਹ ਟਰਾਈ, ਉਹਦਾ ਚਾਚਾ ਉਹ ਟਰਾਈ, ਉਹਨਾਂ ਨੂੰ ਤਾਂ ਐਂ ਮੁੱਲ ਦੀ ਆ। ਉਹ ਮੁੱਲ ਦੀ ਤਾਂ ਹੈਗੀ ਆ, ਹੈ ਮਾੜੀ ਮੋਟੀ ਕਿਵੇਂ ਆ, ਠੀਕ ਠਾਕ ਦੇਖਣ ਨੂੰ ਦੱਸੀ ਇਹਨਾਂ ਤੈਨੂੰ। ਬਸ ਠੀਕ ਆ, ਸਮਝ ਗਿਆ ਸਮਝ ਗਿਆ ਮੈਂ। ਚੱਲ ਕੋਈ ਗੱਲ ਨੀ, ਮੁੱਠੀ ਚੋਗਾ ਬਚਾ ਲਈ। ਉਹ ਨਾ ਉਹਦੇ ਕੋਈ ਗੱਲ ਨੀ, ਉਹ ਗੱਲ ਤਾਂ ਐਂ ਆ। ਦੱਸਾਂ ਗੱਲ ਐ, ਉਹ ਮੈਂ ਤੈਨੂੰ ਪਤਾ ਸਰਪੰਚ ਸਰਪੰਚ ਆ ਪਿੰਡ ਦਾ, ਤੇ ਫੈਸਲੇ ਸਾਰੇ ਕਰਾਉਣੇ ਪੈਂਦੇ ਆ, ਤੇ ਗੱਲ ਜਾਣਕਾਰੀ ਮੈਨੂੰ ਪੂਰੀ ਹੋਣੀ ਚਾਹੀਦੀ ਹੈ। ਕਿਉਂ? ਦੋਨੇ ਪਾਸਿਆਂ ਦੀ ਜਾਣਕਾਰੀ ਹੋਊ ਫੇਰ ਹੀ ਵਧੀਆ ਫੈਸਲਾ ਹੁੰਦਾ ਹੈ। ਜਦੋਂ ਅਧੂਰੀ ਜਾਣਕਾਰੀ ਹੋਏ ਬੰਦੇ ਨੂੰ ਨਾ ਫੈਸਲਾ ਗਲਤ ਲੈ ਲੈਂਦਾ, ਤੇ ਮੈਂ ਗਲਤ ਫੈਸਲਾ ਕਰਕੇ ਪਤਾ ਰਾਜੀ ਨੀ। ਤੇ ਨਾਲ ਗੱਲ ਐਂ ਆ, ਦੱਸੋ ਗੱਲ ਐਂ ਆ, ਜੇ ਮੰਨ ਲਓ ਆਹੀ ਹਾਲ ਰਿਹਾ ਆਪਾਂ ਦਾ ਪੰਜਾਬ ਦਾ, ਤੇ ਅਗਲੀ ਮੈਨੂੰ ਲੱਗਦਾ ਆਪਾਂ ਨੂੰ ਜਿੱਤਣੇ ਨਹੀਂ ਦੇਣਾ ਸਰਪੰਚ ਜੀ ਕਿਸੇ ਨੇ। ਹਾਂ ਭਈਆਂ ਦਾ ਰਾਜ ਹੋਊਗਾ ਲੱਗਦਾ। ਗੱਲ ਤਾਂ ਉਹੀ ਆ, ਪੰਜਾਬੀ ਆਪਣੇ ਬਾਹਰ ਹੋਣਗੇ, ਇੱਥੇ ਸਾਰੇ ਭਈਏ ਰਾਣੀ ਹੋਣ, ਭਈਏ ਹੋਣਗੇ ਜਾਂ ਭਈਆ ਰਾਣੀਆਂ ਹੋਣਗੀਆਂ। ਸੱਚ ਮੈਂ ਇੱਕ ਗੱਲ ਹੋਰ ਕਰਦਾ ਸੀਗਾ, ਕੁਕੜੀ ਨੂੰ ਚੋਗਾ ਤਾਂ ਆਪਾਂ ਦੱਸ ਦਾਂਗੇ, ਪਰ ਚਲੋ ਮੁਰਗੇ ਤੋਂ ਡਰ ਲਾ ਕੇ ਤਾੜ ਨਾ ਮਾਰੇ ਭਰਾਵਾ। ਉਹ ਕੋਈ ਗੱਲ ਨੀ, ਉਹਦੇ ਧੌਣ ਮੈਂ ਲਾਈ ਲੈ। ਹੋਰ ਯਾਰ ਮੈਂ ਵੀ ਤੰਦੂਰੀ ਮੁਰਗਾ ਖਾਣ ਦਾ ਸ਼ੌਕੀਨ ਆ, ਤੇ ਮੈਂ ਉਹਨੂੰ ਫਿਰ ਤੰਦੂਰ ਚ ਰਾੜੀ ਦਊ ਮੇਰੇ ਸਾਲੇ ਨੂੰ। ਸਿੱਧਾ ਖੁੱਡੇ ਚ ਵੜਨ ਜੋਗਰਾ ਕਰਦੇ ਨਹੀਂ, ਐਵੇਂ ਹਰ ਥਾਂ ਹਰੇਕ ਥਾਂ ਖੜਾ ਹੁੰਦਾ ਉਹ। ਮੇਰੇ ਨਾਲ 20 ਵਾਰੀ ਤਾਂ ਉਹ ਠੇਕੇ ਤੇ ਲੜ ਪਿਆ। ਪਹਿਲਾਂ ਤਾਂ ਕਹਿ ਦੂਗਾ ਆਪਾਂ ਸਾਂਝੀ ਬੋਤਲ ਲੈਣਾ, ਸ਼ਹਿਰ ਬਹੁਤ ਹੈ ਸਾਂਝੀ ਬੋਤਲ ਆ, ਮੈਨੂੰ ਕਹਿੰਦੇ ਤੂੰ ਆਂਡੇ ਚ ਲੈ ਲਿਆ, ਉਹ ਚੋਂ ਪੀ ਕੇ ਨਾ ਦੋ ਘੁੱਟਾਂ ਪਾਣੀ ਦੀ ਪਾ ਕੇ ਉੱਪਰ ਢੱਕਣ ਨਾ ਆਉਂਦਾ, ਉਹਨੂੰ ਪੁੱਛਣਾ ਹੋਵੇ ਸੀਲ ਤਾਂ ਲੱਗੀ ਹੁੰਦੀ ਉੱਪਰ, ਸ਼ਹਿਰ ਬਹੁਤ ਆ ਉਹ, ਫਿਰ ਸੌਂਹਾਂ ਵੀ ਖਾ ਜਾਂਦਾ ਉਹ ਤਾਂ। ਓਏ ਅੱਜ ਕੱਲ੍ਹ ਕਿਹੜਾ ਦਾਰੂ ਪਿੱਛੇ ਸੌਂਹ ਖਾ ਜੇ, ਉਹਦਾ ਕੀ ਤੀਰ ਮਾਨ ਹੈ। ਸੌਂਹ ਤੇ ਕਹਿੰਦੇ ਸੱਚੀ ਵੀ ਨੀ ਖਾਣੀ ਚਾਹੀਦੀ ਬੰਦੇ ਨੂੰ। ਹਾਂ ਖਾਣੀ ਨੀ ਚਾਹੀਦੀ, ਜਿੱਥੇ ਬੰਦਾ ਸੱਚਾ ਯਾਰ ਉੱਥੇ ਬੋਲੋ ਨਾ, ਚੁੱਪ ਰਹੋ, ਚੁੱਪ ਤੋਂ ਵੱਡੀ ਕੋਈ ਪਾਵਰ ਨੀ ਹੈਗੀ, ਆਪਾਂ ਦੇਖ ਕਰ ਜਾਣਦੇ ਹਾਂ। ਨਾਲੇ ਕਹਿੰਦੇ ਹੁੰਦੇ ਕਿਹੜੀ ਚੰਗੀ ਸੋਚ ਵਾਲਾ ਬੰਦਾ ਹੁੰਦਾ ਨਾ, ਉਹ ਤਾਂ ਕਦੇ ਸੌਂਹ ਖਾਂਦਾ ਹੀ ਨਹੀਂ ਹੁੰਦਾ ਹੈ। ਨਾ ਚੱਲ ਠੀਕ ਹੈ ਲੱਕੀ, ਗੱਲਾਂ ਵਾਲੀਆਂ ਹੋ ਗਈਆਂ, ਤੂੰ ਐਂ ਕਰ ਜਿਹੜਾ ਕੰਮ ਕਰਨ ਵਾਲਾ ਉਹ ਕਰ। ਚੱਲ ਮੈਂ ਵੀ ਚੋਗਾ ਪਾਦਾ ਤੇ ਪਾਣੀ, ਕਿਉਂ ਹੁਣ ਗਰਮੀ ਆ ਗਈ ਨਾ, ਆਪਾਂ ਨੂੰ ਉਪਰਾਲਾ ਕਿਹੜਾ ਕਰਦਾ ਨਾ ਮੈਂ ਚੋਗਾ ਪਾਉਣ ਵਾਲਾ, ਇਸੇ ਕਰਕੇ ਕਰਦਾ ਕਿਉਂ ਪੇਡੇ ਦਰਖਤ ਵਾ ਪੱਟ ਤੇ। ਕਿਉਂ ਯਾਰ ਇਹ ਪੰਛੀ ਹੈ ਨਾ, ਇਹ ਕਿਹਦੇ ਸਹਾਰੇ ਰਹਿਣਗੇ, ਤੇ ਇੱਕ ਟਾਵਰਾਂ ਨੇ ਮਾਰਤੇ ਤੇ ਆਪਾਂ ਇੱਕ ਆਪਾਂ ਮਾਰਤੇ। ਸਹੀ ਗੱਲ ਹੈ, ਤਾਂ ਕਰਕੇ ਮੈਂ ਇੱਥੇ 500 ਬੂਟਾ ਤਾਂ ਲਾਤਾ, ਹਰ ਬੰਦਾ ਇੱਕ ਦੋ ਬੂਟੇ ਲਾਵੇ ਨਾ, ਹੁਣ ਸੌਣ ਆ ਗਿਆ ਤੇ ਆਪਾਂ ਨੇ ਪੰਛੀ ਆ ਚੋਗਾ ਪਾਉਣ ਦੀ ਲੋੜ ਨੀ ਪੈਣੀ, ਉਹ ਆਪ ਹੀ ਚੁਗ ਲਿਆ ਕਰਾਂਗੇ, ਆਪ ਹੀ ਆਲਾ ਪਾ ਲਿਆ ਕਰਾਂਗੇ। ਮੈਂ ਤਾਂ ਰਾਜ ਦੇ ਮੁੰਡੇ ਦੀ ਗੱਲ ਕਰਦਾਗਾ, ਉਹਦਾ ਦਾਦਾ ਬਿਮਾਰ ਨੀ ਹੈਗਾ, ਹਾਂ ਘਰੇ ਅੱਜ ਲੜੀ ਜਾਵੇ, ਕਹਿੰਦਾ ਮੈਨੂੰ 300 ਰੁਪਇਆ ਦਿਓ, ਮੈਂ ਸ਼ਵੀਲ ਜੀ ਹਿੱਸਾ ਪਾਉਣਾ। ਉਹ ਮੈਂ ਕਿਹਾ ਖਸਮਾ ਉੱਥੇ ਸ਼ਵੀਲਾ ਲਾਉਣ, ਅੱਡੇ ਨੂੰ ਉੱਥੇ ਦਾਦੇ ਨੂੰ ਪੂਜ ਲਾ, ਉੱਥੇ ਸੇਵਾ ਜ਼ਰੂਰੀ ਦਿਖਾਉਣੀਆਂ ਕਰ। ਚੱਲ ਉਹ ਵੀ ਸੇਵਾ ਜ਼ਰੂਰੀ ਆ ਤੇ ਮਾਂ ਪਿਓ ਦੀ ਸੇਵਾ ਜ਼ਰੂਰੀ ਆ। ਹਾਂ ਹੈ, ਚੱਲ ਠੀਕ ਆ ਤੂੰ ਜਾ। ਚੱਲ ਮੈਂ ਜਾਣਾ, ਤੇ ਕੰਮ ਪੱਕਾ ਕਰੀ। ਉਹਦਾ ਕੰਮ ਪੱਕਾ ਹੋਇਆ ਲੈ, ਪਰ ਉਹ ਤੋਂ ਡਰ ਲੱਗਦਾ ਮੈਨੂੰ ਮੁਰਗੇ ਤੋਂ ਥੋੜ੍ਹਾ ਜਿਹਾ। ਉਹ ਤੂੰ ਡਰੀ ਨਾ, ਮੇਰਾ ਨਾਮ ਲੈ ਦੀ ਜੇ ਕੋਈ ਬੋਲਣ ਲੱਗ ਗਿਆ। ਹਾਂ ਜਾ, ਠੀਕ ਲੈ ਚੰਨੀ ਆ, ਤੇਰਾ ਕੰਮ ਬਣ ਗਿਆ। ਕਿਉਂਕਿ ਲੱਕੀ ਜਿੱਥੇ ਜਾਂਦਾ ਹੈ ਤੇ ਲੱਕੀ ਤੇ ਲੱਕੀ ਮਤਲਬ ਖੁਸ਼ੀ ਖੁਸ਼ੀ ਆਉਂਦੀ ਆ। ਜਰਨੀ ਜੀ
ਹਾਏ ਹਾਂ ਦਾ ਲੱਕੀ ਲੱਕੀ ਆ ਜਾ ਬਈ ਆ ਜਾ ਆ ਜਾ ਆ ਜਾ ਪਿੱਛੇ ਕੋਈ ਗੱਲ ਕਰ ਬੋ ਆਈ ਨੇ ਸ਼ਰਾਬ ਦੀ ਉਹ ਬਈ ਉਹ ਤਾਂ ਬੁਰਸ ਹੈ ਨੀ ਨਾ ਸਾਡੇ ਕੋਲ ਗੇਟ ਹੈ ਨੀ ਗੀ ਉਹ ਕਿੱਕਰ ਤਾਂ ਹੈਗੀ ਨਾ ਦਾਤਨ ਕਰ ਲਿਆ ਕਰ ਕੋਈ ਤੋੜ ਕੇ ਚੜਿਆ ਨੀ ਜਾਂਦਾ ਹੱਡ ਪੈਰ ਕਿੱਥੇ ਆ ਇਹਨੂੰ ਕੋ ਖੜੀ ਬੈਠਾ ਇਹ ਚ ਕੀ ਹੈ ਉਹ ਜਰ ਇਹ ਤਾਂ ਖੁੱਲੀ ਹੋ ਗਈ ਉਹ ਜਰ ਇਹਦੇ ਲਾਸਟਿਕ ਸੀਗਾ ਉਹ ਕੱਢ ਕੇ ਮੇਰੇ ਘਰ ਵਾਲੀ ਨੇ ਉਹ ਕਰਤਾ ਪਰਦਿਆਂ ਚ ਪਾਤਾ ਪੈਪ ਲਾਤੀ ਦੋਹੇ ਦਾ ਗੇਟ ਸੀ ਉਹ ਮੈਂ ਲਾ ਕੇ ਵੇਚਤਾ ਨਾ ਹੁਣ ਉਹ ਤਾਂ ਉਹਨੇ ਪਰਦਾ ਕਰਤਾ ਆਹ ਪਰਦੇ ਦਾ ਕੀ ਕਰਾਂ ਮੈਂ ਉਹ ਕੋਈ ਨਾ ਇਹ ਤਾਂ ਡਿੱਗਦੀ ਆ ਤੂੰ ਐਂ ਕਰ ਮੇਰੀ ਗੱਲ ਸੁਣ ਮੈਨੂੰ ਰੁਪਈਏ ਦੇ ਵੀ ਪੰਜਾਹ ਤਾਂ ਮੈਂ ਕੁੱਟ ਕੇ ਆਪੇ ਆਪਦੀ ਘਰ ਵਾਲੀ ਕੋਲ ਲੈ ਲੂੰਗਾ ਉਹਦੇ ਕੋਲ ਹੈਗੇ ਆ ਮੇਰੇ ਵਾਲੀ ਕੋਲੇ ਪਹਿਲਾਂ ਨੇ ਮੋੜਤੇ ਉਹ ਯਾਰ ਮੋੜ ਦੂੰਗਾ ਜੇ ਦੇਖੇ ਨਾ ਨਾ ਹੋਈ ਆਹ ਲੋਹੇ ਦਾ ਮੰਜਾ ਜਦੋਂ ਮਰਜ਼ੀ ਲੈ ਜਾਈ ਸਾ ਠੀਕ ਆ ਤੇ ਬਸ ਤੇਰੇ ਘਰ ਵਾਲੀ ਸਾਡੇ ਘਰੇ ਤੁਰੇ ਫਿਰੂ ਤੈਨੂੰ ਪਤਾ ਬੁੜੀਆਂ ਨੂੰ ਕਿੰਨੀ ਸਿਆਣਾ ਆਉਂਦੀ ਆ ਬੁੜੀਆਂ ਤਾਂ ਨਾ ਵਿਆਹ ਚੋਂ ਜੇ ਰਜਾਈ ਲੈ ਜਾਣ ਤੇ ਨਾਣਾ ਲਿਖਿਆ ਹੋਵੇ ਉਹ ਵੀ ਟੋਕੇ ਲੈ ਆਉਂਦੀ ਵੀ ਸਾਡੀ ਰਜਾਈ ਕਿਹੜੀ ਹੈਗੀ ਮੇਰੀ ਗੱਲ ਸੁਣ ਹਾਂ ਮੰਜਾ ਤਾਂ ਨਾ ਕਬਾੜ ਵਾਲੇ ਨੂੰ ਵੇਚ ਦੂੰਗਾ ਤੇਰੇ ਪੈਸੇ ਆਪੇ ਦੇ ਦੂੰਗਾ ਮੇਰੇ ਘਰ ਵਾਲੀ ਨਾ ਇੱਕ ਦੋ ਦਿਨਾਂ 'ਚ ਜਾਊਗੀ ਭਾਈ ਬਣ ਕੇ ਪਤਾ ਨੀ ਕਿੱਥੇ ਜਾਊਗੀ ਕਹਿੰਦੀ ਸੀ ਮੈਂ ਆਪਦੀ ਮਾਂ ਨੂੰ ਮਿਲ ਕੇ ਆਉਣਾ ਅੱਛਾ ਉਹ ਯਾਰ ਆਹ ਵੇਖ ਲਾ ਤੈਨੂੰ ਨਿੱਟਾਂ ਪਾ ਲਾ ਭਮਾ ਉਹ ਰਹਿਣ ਦੇ ਟੱਪਟਾ ਨਾ ਪਾਣੀ ਇੱਥੇ ਤੂੰ ਬਹਿ ਤਾਂ ਜਾ ਤੂੰ ਗੱਲਬਾਤ ਸੁਣਾ ਉਹ ਯਾਰ ਮੈਂ ਫੇਰ ਬੈਠੂੰਗਾ ਪਹਿਲਾਂ ਰੁਪਈਏ ਦੇ 20 22 ਬਣ ਕੇ ਪੌਗਾ ਤਾਂ ਲਾਉਣ ਦੇ 70 ਹੋ ਜਾਣਾ ਰੁਪਈਏ ਲੈ ਲਈ ਸ਼ਾਮ ਨੂੰ ਜਾਣਾਗਾ ਹੁਣੀ ਜਾਣਾ ਮੇਰਾ ਤਾਂ ਸਰੀਰ ਟੁੱਟੀ ਜਾਂਦਾ ਹੁਣ ਦੱਸ ਕੀ ਤੂੰ ਸ਼ਰਾਬ ਪੀ ਕੇ ਦੇਣੇ ਕੀ ਕਰਨਾਗਾ ਕੱਢਣਾ ਕੁਛ ਅੰਦਰੋਂ ਉਹ ਕੱਢਣਾ ਤਾਂ ਕੁਛ ਵੀ ਨਹੀਂ ਆਏ ਆ ਮੰਜਾ ਜੇ ਤੂੰ ਲੈ ਜਾਂਦਾ ਸਾਡੇ ਕੋਲ ਤਾਂ ਇੱਕ ਹੈਗਾ ਪਹਿਲਾਂ ਸਾਡੇ ਹੁਣ ਦੋ ਸੀਗੇ ਜਦੋਂ ਬੇਬੇ ਬਾਪੂ ਸੀਗੇ ਇੱਕ ਤੇ ਮੈਂ ਤੇ ਬਾਪੂ ਪੈ ਜਾਂਦਾ ਸੀ ਇੱਕ ਤੇ ਕਿਹਦੇ ਨਾਲ ਬੋਲੀ ਜਾਂਦਾ ਬੇਬੇ ਤੇ ਚੱਲ ਤੂੰ ਗੱਲ ਕਰ ਭਰਾਵਾ ਇਹਨੇ ਤਾਂ ਨਾ ਮੇਰੀ ਵੀ ਜ਼ਿੰਦਗੀ ਨਰਕ ਬਣਾਤੀ ਹੈਗੀ ਜੇ ਮੇਰੇ ਤਾਂ ਭੈਣਾਂ ਨਾਲ ਨਾ ਹੁਣ ਉਹ ਰਾਜ ਘਰਾਣੇ ਏਡੇ ਏਡੇ ਘਰ ਨੇਗੇ ਹੈ ਮੇਰੇ ਤਾਂ ਘਰੇ ਕੋਈ ਆਉਂਦੀ ਵੀ ਨਹੀਂ ਮੈਨੂੰ ਤਾਂ ਲੀੜਾ ਕੱਪੜਾ ਵੀ ਉਹ ਭੇਜ ਦਿੰਦੀਆਂ ਨੇਗੀਆਂ ਕਦੇ ਕਦੇ ਤਾਂ ਸੌਦਾ ਵੀ ਛੱਡ ਕੇ ਜਾਂਦੀਆਂ ਨੇ ਇੱਕ ਇਹ ਹੈਗਾ ਨਖੱਟੂ ਉਹ ਚੱਲ ਭੈਣੇ ਤੈਨੂੰ ਤਾਂ ਕੱਪੜੇ ਦੇ ਜਾਂਦੇ ਆ ਇਹਦੇ ਸਿੱਖ ਨੂੰ ਕੁਛ ਅੱਧਾ ਚੌਧਰੀ ਪਤਾ ਕਰ ਸਾਰਾ ਦਿਨ ਪਲੈਨ 'ਚ ਹੀ ਫਿਰਦਾ ਰਹਿੰਦਾ ਹੈਗਾ ਅਤੇ ਭਰਾਵਾ ਸਾਰਾ ਕੁਛ ਆ ਸਾਰਾ ਕੁਛ ਠੀਕ ਹੈ ਨਾ ਲੈ ਕੇ ਵੀ ਦਿੰਦੀ ਹੁੰਦੀ ਸੀ ਕੰਮ ਕਰਦੀ ਸੀ ਨਾ ਤਾਂ ਕਿਸੇ ਦੇ ਕੰਮ ਕਰਨ ਦਿੰਦਾ ਜੇ ਕੰਮ ਕਰਨ ਕਿਸੇ ਦੇ ਜਾਨੀ ਹੈ ਪਹਿਲਾਂ ਪੈਸੇ ਫੜ ਲਿਆਉਂਦਾ ਕਹਿ ਦਿੰਦਾ ਗਾ ਸਾਡਾ ਕੋਈ ਫਲਾਨਾ ਦਾਖਲਾ ਟੈਂਪਕਾ ਕੋਈ ਜਦੋਂ ਮੈਨੂੰ ਪਤਾ ਲੱਗਦਾ ਅਗਲਾ ਕਹਿੰਦਾ ਤੇਰਾ ਤਾਂ ਘਰ ਵਾਲਾ ਫੜ ਕੇ ਲੈ ਗਿਆ ਪੈਸੇ ਹਰ ਥਾਂ ਨਾ ਇਹਨੇ ਮੈਨੂੰ ਮੂੰਹ ਦਿਖਾਉਣ ਜੋਗੀ ਨਹੀਂ ਛੱਡਿਆ ਇੱਕ ਦਿਨ ਹੋਰ ਸਾਡੇ ਪਤਾ ਨਹੀਂ ਕਿਹੜੀ ਆਈ ਆਪਣੇ ਆ ਨੀ ਭਾਜੀ ਜੀ ਦੇਣ ਆਉਂਦੇ ਹੁੰਦੇ ਗੇ ਵੀ ਜਿਹੜੇ ਕਿ ਮਤਲਬ ਕਿ ਭਾਜੀ ਕਹਿੰਦੇ ਆ ਉਹਨੂੰ ਕੀ ਕਹਿੰਦੇ ਆ ਪੱਤਲ ਜੀ ਦੇਣ ਆਉਂਦੇ ਹੁੰਦੇ ਵੀ ਕੋਈ ਵਿਆਹ ਤੇ ਆਇਆ ਉਹ ਆ ਗਏ ਆਏ ਮੇਰੇ ਪੇਕਿਆਂ ਤੋਂ ਇੱਥੇ ਰਿਸ਼ਤੇਦਾਰੀ ਸੀਗੀ ਹੈ ਇਹ ਪਿਆ ਡੱਕੀ ਤੇ ਸਰਾਣੀ ਉੱਠ ਕੇ ਉੱਥੇ ਸਰਾਣੀ ਮੂਤੀ ਜਾਵੇ ਤੇ ਮੇਰਾ ਤਾਂ ਮੈਨੂੰ ਪਤਾ ਉਹਨਾਂ ਨੇ ਮੈਨੂੰ ਕੀ ਕੁਛ ਨਹੀਂ ਸੁਣਾਇਆ
ਉਹ ਕਹਿੰਦੇ ਅਸੀਂ ਤਾਂ ਆਏ ਸੀ ਦੁੱਖ ਸੁੱਖ ਕਰਨ ਕੁੜੀਏ, ਵੀ ਚੱਲ ਪਿੰਡ ਦੀ ਧੀ ਭੈਣ ਆ ਗਈ ਜਾ ਕੇ ਆਉਂਦੇ ਹਾਂ। ਕਹਿੰਦੇ ਅਹੇ ਜਾ ਹੈ ਜਾ ਕੇ ਨਾਲੇ ਫਿਰ ਮੇਰੇ ਪੇਕਿਆਂ ਨੂੰ ਦੱਸਿਆ ਤੇ ਉਹਦਾ ਉੱਤੀ ਮੈਨੂੰ ਲੈ ਕੇ ਜਾਂਦੇ ਸੀ ਉਹਦੇ ਫਿਰ ਇਹ ਪੈਰੀ ਹੱਥ ਲਾਵੇ। ਮੈਂ ਤਾਂ ਗੱਲ ਐਂ ਕਰਦਾ ਭੈਣੇ, ਤੈਨੂੰ ਸਾਕ ਕਰਵਾਇਆ ਕਿ ਨਹੀਂ ਸੀਗਾ? ਸੀਗਾ ਬੀ, ਉਹ ਨੀ ਹੈਗਾ ਗੇਬਾ ਗੇਬਾ। ਅੱਛਾ, ਉਹਨੇ ਡੋਬਿਆ ਕੰਜਰ ਨੇ, ਆਪਾਂ ਮਰ ਗਿਆ ਮੈਨੂੰ ਡੋਬ ਗਿਆ। ਉਹਦੀ ਘਰ ਵਾਲੀ ਵੀ ਦੂਜੇ ਦਿਨ ਭੱਜ ਗਈ ਸੀ ਉਹਦੇ ਭੋਗ ਤੋਂ। ਉਹ ਕਿਤੇ ਸਾਕ ਕਿੱਥੋਂ ਪੂਰ ਚੜਨਾ, ਇਹੋ ਜਿਹੇ ਨੂੰ ਤਾਂ ਨਾ ਪੀਆਰਟੀਸੀ ਦੇ ਮਗਲੇ ਟਾਇਰ ਥੱਲੇ ਦੇ ਕੇ ਮਾਰ ਦੇ। ਇਹ ਮੇਰਾ ਬਸ ਚੱਲਦਾ, ਜੇ ਮੈਨੂੰ ਜੋ ਇੱਥੇ ਮਿਲ ਜਾਂਦਾ ਮੈਂ ਜਿਉਂਦੇ ਨੂੰ ਅੱਗ ਲਾ ਦਿੰਦੀ ਉਹਨੂੰ, ਜੇ ਨਾ ਮਰਦਾ ਉਹ ਕੰਜਰ। ਦੇਖ ਭੈਣੇ, ਮੈਂ ਤੈਨੂੰ ਇੰਨੀ ਕਰ ਸਕਦਾ ਤੇਰਾ ਭਰਾ ਹੋਣ ਦੇ ਨਾਤੇ, ਤੂੰ ਉਹਨੂੰ ਛੱਡ ਕਿਉਂ ਨੀ ਦਿੰਦੀ ਹੈਗੀ? ਨਾਲੇ ਰਹੀ ਗੱਲ ਤੈਨੂੰ ਵਿਆਹ ਹੋਣ ਦੀ, ਸਰਪੰਚ ਸਾਹਿਬ ਨੇ ਤੁਹਾਨੂੰ ਕਿਹਾ ਹੋਊਗਾ ਤੁਹਾਨੂੰ ਵਧੀਆ ਰਿਸ਼ਤਾ ਕਰਵਾ ਦੇਣਗੇ, ਉਹ ਨਾਲੇ ਤੁਹਾਨੂੰ ਵਧੀਆ ਨੌਕਰੀ ਦਵਾ ਦੇਣਗੇ। ਇਹ ਤੋਂ ਸੜੇ ਹੋਏ ਤਾਂ ਤੁਸੀਂ ਕੀ ਲੈਣਾ, ਮਨ ਮਨ ਤਾਂ ਜੋ ਮੁਸ਼ਕ ਮਾਰਦੀ ਹੈ, ਵਿੱਚ ਇਹ ਮੋਤੀ ਜਾਂਦਾ ਗਾ, ਕਿਹੜਾ ਬੰਦਾ ਇਹ ਭਰਾਵਾ। ਆ ਵੀ ਗੱਲ ਸੁਣ ਲਾ, ਦਾਰੂ ਵਾਲੀ ਦਾਰੂ ਬਾਲੀ ਪੀ ਲਈ ਰਾਤ ਹੈ ਤੇ ਮੁੱਤਣ ਲੱਗ ਗਿਆ, ਪੈਰਾਂ ਤੇ ਛਿੱਟੇ ਪਈ ਜਾਣ, ਕਰੀ ਜਾਵੇ ਨਿਕਮੋ ਉੱਠ ਖੜ, ਮੀਂਹ ਆ ਗਿਆ ਨਿਕਮੋ ਉੱਠ ਖੜ, ਚੱਪੜੇ ਲਾ ਲਾ ਤਾਰ ਤੋਂ ਮੀਂਹ ਤਾਂ ਆ ਗਿਆ। ਵੀ ਮੈਂ ਤਾਂ ਨਾ ਮੇਰਾ ਤਾਂ ਜੀ ਕਰੇ ਜਦ ਮੈਂ ਉੱਠੀ ਵੀ ਮੈਂ ਇਹਦੇ ਸਿਰ 'ਚ ਕੁਛ ਮਾਰ ਕੇ ਨਾ ਸਿਰ ਪਾੜਦਾ, ਨਾ ਤਾਂ ਇਹ ਆਪ ਸੌਣ ਦਿੰਦਾ ਭਰਾਵਾ, ਨਾਲੇ ਇਹਦੀ ਇਹਨੇ ਮੇਰੀ ਜ਼ਿੰਦਗੀ ਪ੍ਰਾਣ ਕਰਤੀ, ਮੈਨੂੰ ਤਾਂ ਜਮੇ ਹੀ ਰੋਲਤਾ ਨਾ। ਚੱਲ ਕੱਪੜੇ ਤਾਂ ਭੈਣੇ ਨਾ ਲਾਏ ਹੋਣਗੇ, ਫਿਰ ਮੀਂਹ ਮੂੰਹ ਤਾਂ ਕੋਈ ਆਇਆ ਨੀ ਕੋਈ ਨਾ, ਭੂਰ ਚੂਰ ਮੈਂ ਤਾਂ ਵਿਹੜੇ 'ਚ ਪਿਆ ਰਿਹਾ ਰਾਤ ਪੱਖਾ ਲਾ ਕੇ ਫਰਾਟਾ। ਵੀ ਮੈਨੂੰ ਲੱਗਦਾ ਮੈਨੂੰ ਹੀ ਇਹਨੇ ਪਾਗਲ ਕਰ ਰੱਖਿਆ, ਪੁੱਤਾਂ ਜੀ ਤੁਸੀਂ ਹੋ ਰਹੇ ਹੋ, ਪੈਰਾਂ ਤੇ ਮੁੱਤੀ ਜਾਂਦੇ ਸੀ ਛਿੱਟੇ ਪਈ ਜਾਂਦੇ ਸੀਗੇ, ਆਹ ਗੱਲਾਂ ਨੀ ਭਰਾਵਾ। ਓਹੋ, ਇਹ ਤਾਂ ਜਮਾਂ ਗਰੀਆਂ ਗੱਲਾਂ ਕਰਦਾ, ਨਾਲੇ ਭੈਣੇ ਤੈਨੂੰ ਇੰਨਾ ਤਾਂ ਬਹੁਤ ਹੈਗਾ, ਤੀਵੀਂ ਤਾਂ ਜਿਹੜੀ ਹੁੰਦੀ ਆ ਨਾ ਇਹ ਰਾਤ ਨੂੰ ਘਰਾੜੇ ਮਾਰੇ ਤਾਂ ਤਲਾਕ ਦੇ ਦਿੰਦੀ ਆ, ਇਹ ਤਾਂ ਫੇਰ ਵੀ ਵਿੱਚ ਮੂਤਦਾ, ਇੰਨਾ ਬਹਾਨਾ ਤਾਂ ਬਹੁਤ ਹੈ, ਨਾਲੇ ਸਪੋਰਟ ਹੈਗੀ ਆਪਾਂ ਨੂੰ ਸਰਪੰਚ ਸਾਹਿਬ ਦੀ, ਤੁਹਾਨੂੰ ਵੀ ਗੱਲ ਦਾ ਪਤਾ। ਉਹ ਤਾਂ ਠੀਕ ਆ, ਪਰ ਤੈਨੂੰ ਪਤਾ ਕੱਲੀ ਜਨਾਨੀ ਤੇ ਅਗਲਾ ਉਂਗਲਾਂ ਚੱਕਣ ਲੱਗ ਜਾਂਦਾ ਗਾ। ਅੱਜ ਤਾਂ ਉਂਗਲਾਂ ਚੱਕਦਾ ਤੇ ਜੇ ਭੈਣ ਇਹਦੇ ਨਾਲ ਰਹੇਗੀ, ਇਹ ਉਂਗਲਾਂ ਛਾਂਪਾਂ ਨੇ ਨਾ ਚਾਂਦੀ ਦੀਆਂ, ਇਹ ਵੀ ਲਾ ਕੇ ਵੇਚ ਦੂਗਾ, ਨਾਲੇ ਇਹਦਾ ਇਹ ਜਿਹਾ ਕੀ ਪਤਾ ਹੁੰਦਾ ਗਾ ਅੱਜ ਆਪਦੇ ਲੋਹਰ ਚ ਨਾਲੇ ਨੀ ਹੈਗੇ, ਕੱਲ ਨੂੰ ਕੱਪੜੇ ਵੇਚਣ ਲੱਗ ਜੂ ਤੇਰੇ ਪਹਿਨ ਤੇ ਫਿਰ ਕੱਪੜਿਆਂ ਨੂੰ ਵੀ ਚੱਕੇਗੀ। ਇਹ ਤਾਂ ਗੱਲ ਠੀਕ ਆ, ਜੇ ਜਵਾਕ ਚੱਲਾ ਹੁੰਦਾ ਹਨਾ ਫੇਰ ਪਤਾ ਨੀ ਕੀ ਹੁੰਦਾ। ਜਵਾਕ ਜੱਲੇ ਭਾਲਦੀ ਆ ਭੈਣੇ ਤੂੰ, ਇਹ ਤਾਂ ਕੁਕੜੀਆਂ ਦੇ ਜਵਾਕ ਨੀ ਛੱਡਦਾ ਹੈਗਾ, ਉਹ ਲੋਕਾਂ ਨੂੰ ਚੱਕ ਕੇ ਉਹਨਾਂ ਦਾ ਵੀ ਮੀਟ ਬਣਾ ਕੇ ਖਾ ਜਾਂਦਾ ਗਾ, ਇਹਨੂੰ ਜਵਾਕ ਜੂਕ ਦਾ ਕੁਛ ਨੀ ਹੈਗਾ, ਇਹ ਤਾਂ ਸਿਰਫ ਆਪਦੇ ਢਿੱਡ ਭਰਨ ਜਾਣਦਾ ਗਾ, ਇਹਨੂੰ ਤਾਂ ਦਾਰੂ ਮਿਲ ਜੇ ਬਸ ਸਭ ਸੈੱਟ ਆ ਇਹਦੇ ਲਈ ਤਾਂ। ਚੱਲ ਕੋਈ ਨਾ ਸੋਚੂਗੀ ਫਿਰ ਮੈਂ। ਸੋਚਣਾ ਕੀ ਆ, ਦੇਖ ਮੈਂ ਤਾਂ ਗੱਲ ਸਿੱਧੀ ਸਪਸ਼ਟ ਕਰ ਦਾਂਗਾ, ਹੈ ਜਿਹੜਾ ਤੇਰਾ ਤੇਰਾ ਸਰਪੰਚ ਨਾਲ ਰਿਸ਼ਤਾ ਨਾ, ਮੈਂ ਤਾਂ ਤੁਹਾਡੇ ਘਰੇ ਆ ਜਾਣਾ ਗਾ, ਨਹੀਂ ਮੈਂ ਤਾਂ ਗਲੀ ਵਿੱਚ ਦੀ ਦੁੱਧ ਪਾਉਣ ਵੀ ਨਹੀਂ ਲੰਘਦਾ, ਮੈਂ ਤਾਂ ਉੱਥੋਂ ਤੋਂ ਪਰਲੀ ਫਿਰਨੀ ਵਗ ਜਾਣਾ ਗਾ। ਗੱਲ ਤਾਂ ਤੇਰੀ ਵੀ ਠੀਕ ਆ ਬਾਈ, ਕੋਈ ਨਾ ਇਹਨੂੰ ਵੀ ਡਰਾਬਾ ਜੇ ਦਿੰਨੀ ਆ, ਦਿੰਨੀ ਆ ਇਹਨੂੰ 5-7 ਦਿਨਾਂ ਦਾ ਟਾਈਮ, ਠੀਕਾ, ਨਹੀਂ ਫਿਰ ਜਿਵੇਂ ਸਰਪੰਚ ਕਹੂ ਮੈਂ ਤਾਂ ਉਵੇਂ ਕਰ ਦੂ ਜੇ ਤੂੰ ਤਲਾਕ ਇਹਨੂੰ। ਉਹ ਚੰਗੀ ਗੱਲ ਆ ਭੈਣੇ ਜੇ ਐਵੇਂ ਕਰ ਲਏਗੀ ਤਾਂ, ਨਹੀਂ ਮੇਰੀ ਗੱਲ ਸੁਣੋ, ਇਹ ਤਾਂ ਸੌਦੇ ਪੱਤਿਆਂ ਦੇ ਪੈਸੇ ਨਹੀਂ ਦਿੰਦਾ ਹੈਗਾ, ਤੈਨੂੰ ਵੀ ਲੈ ਕੇ ਦੇ ਦੂਗਾ। ਉਹ ਆਉਂਦਾ ਹੁਣ ਤਾਂ ਲੱਗਦਾ ਖੜਕਾ ਜਿਹਾ ਕਰੀ ਜਾਂਦਾ। ਹਾਂ ਆਉਂਦਾ ਗਾ, ਚੱਲ ਤੂੰ ਵਗ ਜਾ ਬਾਈ, ਮੈਂ ਜਾਣਾ ਭੈਣੇ, ਐਵੇਂ ਬਾਅਦ ਚ ਮੇਰੇ ਗੱਲ ਪਊਗਾ, ਮੈਂ ਮੇਰੇ ਘਰ ਵਾਲੇ ਕੰਨ ਭਰਦਾਗਾ, ਨਾਲੇ ਮੈਂ ਤੁਹਾਨੂੰ ਪੈਸੇ ਮੰਗਦਾ ਸੀ, ਮੈਂ ਜਾਣਾ। ਉਹ ਮੇਰੇ ਸਾਲਿਆਂ ਦੇ ਉਹਨੂੰ ਕਾਹਤੋਂ ਪਹੁੰਚਾਤਾ, ਮੈਂ ਤਾਂ ਮਸਾਂ ਲਾਹਾ ਲੋਹਰ ਕੱਸ ਕੇ ਲਿਆਇਆ ਸੀਗਾ। ਉਹਦੀ ਘਰ ਵਾਲੀ ਦਾ ਫੋਨ ਆ ਗਿਆ, ਸਾਰੇ ਤੇਰੇ ਵਰਗੇ ਥੋੜੋ ਆ, ਉਹ ਕਹਿੰਦੀ ਸ਼ਾਪਿੰਗ ਕਰਾ ਕੇ ਲਿਆ ਮੈਨੂੰ, ਨਾਲੇ ਰੱਸੀ ਰੁੱਸੀ ਤਾਂ ਰੱਖ ਲਿਆ ਕਰ ਘਰੇ, ਉਹ ਰਾੜ ਜੇ ਦੀ ਆ ਮੈਂ ਤਾਂ ਤਾਰ ਜੀ ਲਾ ਲਿਆ। ਹਾਏ ਬੇ, ਰਾੜ ਵੀ ਖਰਾਬ ਕਰਤਾ ਬੇ, ਤੂੰ ਨਾ ਛੱਡੀ ਕੁਛ। ਕਿਉਂ ਲੈ, 300 ਰੁਪਏ ਦੀ ਰਾੜ ਪਿੱਛੇ ਹੁਣ ਨੰਗਾ ਤਾਂ ਨਹੀਂ ਹੋਣਾ ਸੀ ਲੋਕਾਂ ਅੱਗੇ? ਮੈਂ ਅੱਗੇ ਤਾਂ ਤੇਰੀ ਬਾਲੀ ਇੱਜ਼ਤ ਆ, ਕੁੱਤੇ ਦਾ ਤੇਰਾ ਮੂੰਹ ਚੱਟ ਚੱਟ ਜਾਂਦੇ ਜਦੋਂ ਨਾਲੀਆਂ 'ਚ ਡਿੱਗ ਪੈਂਦਾ ਗਾ। ਕੁੱਤਿਆਂ 'ਚ ਕਿਹੜਾ ਜਾਨ ਨਹੀਂ ਹੁੰਦੀ, ਹੁੰਦੇ ਤਾਂ ਉਹ ਵੀ ਜਾਣ ਵਾਲੇ ਆ, ਉਹ ਕੁੱਤੇ ਵਫਾਦਾਰ ਤਾਂ ਹੁੰਦੇ ਆ, ਦੇਖ ਕਿੰਨਾ ਕਰਦੇ ਆ, ਜੇ ਇਨਸਾਨ ਇੱਕ ਰੋਟੀ ਪਾ ਦੇ ਨਾ ਬੰਦਾ
ਉਹਦੇ ਮਗਰ ਮਗਰ ਉਸੇ ਦੇ ਹੋ ਜਾਂਦੇ ਆ ਤੇ ਮੈਂ ਦੇਖ ਕਿੱਡਾ ਕਿਸਮਤ ਵਾਲਾ ਜਿਹਦਾ ਮੂੰਹ ਚੜਦੇ ਹੈਗੇ ਮੂੰਹ ਚੜਦੇ ਹੈਗੇ ਮੈਂ ਵੀ ਜਾਣ ਐ ਕਰਦੀ ਆ ਬਾਲੀ ਮੁਸ਼ਕ ਆਉਂਦੀ ਆ ਮੇਰੇ ਚੋਂ ਬੇ ਆਉਂਦੀ ਕੋਈ ਆ ਨਾ ਤੂੰ ਨਹਾਉਣਾ ਗਾ ਆਪਣੇ ਨਵੇਂ ਕੱਪੜੇ ਚੋਂ ਕੱਢ ਕੇ ਪਾ ਲਈ ਬੇ ਛੱਡ ਦੇ ਕੋਈ ਕਿਤੇ ਵਿਆਹ ਸ਼ਾਦੀ ਤੈਨੂੰ ਲੈ ਕੇ ਜਾਣਾ ਨਾ ਤੂੰ ਲੱਗ ਇੱਥੇ ਲਾ ਨਾ ਡਿੱਗਣੀ ਨਹੀਂ ਹੈ ਨਾ ਥੱਲੇ ਥੱਲੇ ਤਾਂ ਲੱਗੂ ਨਾਲ ਆ ਗਾ ਜੀ ਮੇਰੀ ਗੱਲ ਸੁਣ ਨਾ ਤੂੰ ਸੁਧਰ ਨਹੀਂ ਸਕਦਾ ਮੇਰੀ ਇੱਕ ਗੱਲ ਸੁਣ ਲਾ ਮੈਂ ਨਾ ਤੈਨੂੰ ਲਾਸਟ ਵਾਰ ਵਾਰਨਿੰਗ ਦਿੰਨੀ ਆ ਠੀਕ ਹੈ ਨਾ ਤੇਰੇ ਕੋਲ 5 ਦਿਨ ਆ ਜਾਂ ਤਾਂ 5 ਦਿਨਾਂ 'ਚ ਸੁਧਰ ਜਾ ਨਹੀਂ ਮੈਂ ਤੈਨੂੰ ਤਲਾਕ ਦੇ ਕੇ ਮੈਂ ਸਰਪੰਚ ਨਾਲ ਵਗ ਜਾਣਾ ਮੈਨੂੰ ਤਾਂ ਪਹਿਲਾਂ ਹੀ ਪਤਾ ਹੈ ਵੀ ਸਰਪੰਚ ਤੇ ਕੋਈ ਲੂਤੀ ਲਾਈ ਵੀ ਆ ਤੈਨੂੰ ਪਹਿਲਾਂ ਹੀ ਦੱਸ ਗਿਆ ਟਾ ਵੀ ਕੁੱਤੇ ਵੀ ਬੰਦੇ ਨਾਲੋਂ ਵਫਾਦਾਰ ਹੁੰਦੇ ਆ ਤੇ ਤੂੰ ਤਾਂ ਉਹਨਾਂ ਤੋਂ ਵੀ ਗਰੀ ਗਈ ਗੁਜਰੀ ਨਿਕਲੀ ਬੇ ਮੈਂ ਤੈਨੂੰ ਵਾਰਨਿੰਗ ਦਿੱਤੀ ਹੈ ਤੈਨੂੰ ਇੰਨਾ ਟਾਈਮ ਹੋ ਗਿਆ ਸਮਝਾਉਂਦੀ ਨੂੰ ਤੈਨੂੰ ਤਾਂ ਸੁਰਤ ਨਹੀਂ ਰਹਿੰਦੀ ਚੱਲ ਛੱਡ ਕੋਈ ਨਾ ਮੈਂ ਸੁਧਰ ਜਾਊਂਗਾ ਐ ਕਰ ਮੇਰੀ ਗੱਲ ਸੁਣ ਤੂੰ ਮੈਨੂੰ ਪਿਆਰ ਤਾਂ ਕਰਦੀ ਆ ਨਾ ਪਿਆਰ ਸੱਤਾ ਚੱਲੇ ਦੀ ਸਵਾ ਲੱਕੀ ਆਇਆ ਸੀ ਨਾ ਉਤੋਂ ਮੈਂ 20 ਰੁਪਏ ਲੈਣੇ ਸੀ ਤੇ 50 ਤੇਰੇ ਕੋਲ ਸੀਗੇ ਚੱਲ ਐ ਕਰ ਫਿਰ 35 ਤੇ 40 ਦਾ ਅੱਧਾ ਪੋਗਾ ਪੀ ਆਉਣਾ ਮੈਂ ਤੂੰ 15 ਤੈਨੂੰ ਲਿਆ ਕੇ ਦੇ ਦੂੰਗਾ ਮੈਂ 35 ਰੁਪਇਆਂ ਦਾ ਦੇਣਗੇ ਮੈਂ ਨਹੀਂ ਦਿੰਦੀ ਦਿੰਦੀ ਕਿ ਪੈਸੇ ਪੂਸੇ ਹਾਂ ਆਹੋ ਮੈਨੂੰ ਪਤਾ ਹੀ ਆ ਮੇਰੇ ਸਾਲਿਆਂ ਦੇ ਸਰਪੰਚ ਦੇ ਮਗਰ ਲੱਗ ਗਈ ਹੁਣ ਤੂੰ ਤੁਰ ਜਾ ਮੇਰੇ ਕੋਲੋਂ ਤੈਨੂੰ ਦੱਸਦਾ ਮੈਂ ਤਾਂ ਮੇਰੀ ਗੱਲ ਸੁਣ ਜੇ ਤੇਰੇ ਆਹੀ ਲੱਛਾਂ ਦੇ ਨਾ ਮੈਂ ਸੱਚੀ ਲੱਗੂਗੀ ਸਰਪੰਚ ਦੇ ਮੰਜਾ ਵੇਚੂ ਮੰਜਾ ਆਏ ਤਾਂ ਤੂੰ ਕਿਵੇਂ ਵੇਚੇਗਾ ਮੰਜਾ ਫਿਰ ਤੂੰ ਮੈਂ ਹੁਣੀ ਲੈ ਕੇ ਜਾਊਂਗਾ ਚੱਲ ਤੂੰ ਚੱਲ ਚੱਕ ਮੰਜਾ ਚੱਲ ਮੇਰੇ ਸਾਲਿਆਂ ਦੇ ਆਵੇ ਆਵੇ ਮੇਰੇ ਸਾਲਿਆਂ ਦੇ ਉੱਠ ਗੜ ਹਲੇ ਵੀ ਮੌਕਾ ਦਿੰਨਾ ਨਹੀਂ ਸਿਰ ਪਾੜ ਜੂਗਾ ਉੱਠ ਗੜ ਫਿਰ ਉੱਠੇਗੀ ਨਾ ਉੱਠੂਗੀ ਦੇਂਗੀ 50 ਰੁਪਏ 50 ਰੁਪਏ ਦੇਂਗੀ ਨਾ ਮੈਂ ਕੰਜਰਾ ਤੋੜ ਦੋੜੇਗਾ ਚੱਲ ਆ 50 ਰੁਪਏ ਲੈ ਕੇ ਦੇ ਹਏ ਬੇ ਕੰਜਰਾ ਮੈਨੂੰ ਨਹੀਂ ਪਤਾ ਕੰਦੇ ਕੁੰਦਰਾ ਨਹੀਂ ਅੱਛਾ ਮੈਨੂੰ ਤਾਂ 50 ਰੁਪਏ ਦੇ ਚੱਲ ਆ ਜਾ ਤਿਆਰ ਤਾਂ ਮੈਂ ਹੋ ਗਈ ਇਹਦੀ ਪੱਗ ਕੱਢਦਾ ਇਹਨੇ ਤਾਂ ਆ ਕੇ ਕਲੇਸ਼ ਹੀ ਕਰ ਲੈਣਾ ਕਿਹੜਾ ਕਹਿਣਾ ਵਿਆਹ ਚ ਹੋ ਗਈ ਤਿਆਰ ਉਹ ਤਿਆਰ ਨਹੀਂ ਹੋਈ ਹੋ ਗਈ ਤਿਆਰ ਮੈਂ ਸੋਹਣੀ ਤਿਆਰ ਹੋ ਕੇ ਐ ਪੂਰਾ ਸੂਟ ਘੈਂਟ ਪਾ ਕੇ ਝੁਮਕੇ ਪਾ ਕੇ ਭੈਣੇ ਪਟੇ ਜੇ ਪੂਰੇ ਘੈਂਟ ਪਾ ਕੇ ਆਹਦੀ ਵਿਚਾਲੇ ਚੀਰ ਨੀ ਕੱਢੋ ਭੈਣੇ ਬਾਹਰ ਤੱਕ ਖੁੱਲੀ ਸਰਪਾਈ ਚਾਲੀ ਆ ਤੂੰ ਐ ਕਰ ਮੇਰਾ ਸਾਰਾ ਸਮਾਨ ਹੀ ਨਾਲ ਲੈ ਚੱਲੋ ਰਿਸ਼ਤੇਦਾਰ ਨੀ ਹੈ ਤੂੰ ਮੰਨਦੀ ਨੀ ਰਿਸ਼ਤੇਦਾਰ ਨੀ ਫੇਰ ਕੀ ਹੋ ਗਿਆ ਪੱਗ ਬੰਨਣੀ ਹੈ ਕਿ ਨਹੀਂ ਉਹ ਪੱਗ ਮੈਂ ਥੋੜੀ ਨਾਲ ਜਾਣਾ ਪੱਗ ਮੈਂ ਆਪੀ ਬੰਨੂ ਤੂੰ ਚੱਲ ਮੇਰੇ ਨਾਲ ਆਇਆ ਤੁਸੀਂ ਜਾਣਾ ਨੀ ਉਹ ਮੈਂ ਨੀ ਜਾਣਾ ਮੈਂ ਕੰਮ ਹੋਰ ਆ ਗਿਆ ਮੀਟਿੰਗ ਆ ਗਈ ਮੇਰੀ ਹਾਂ ਤੂੰ ਚੱਲ ਤੂੰ ਬੈਗ ਚੱਕ ਲੈ ਮੈਂ ਚੱਲ ਮੈਂ ਚੱਕਦਾ ਤੂੰ ਕਿ ਚੱਕਦੀ ਹੈ ਚੱਲ ਬੈਗ ਤਾਂ ਮੈਂ ਚੱਕ ਲੂੰਗੀ ਇੰਨੀ ਕੀ ਕਾਲੀ ਆ ਉਹ ਯਾਰ ਆਇਆ ਸੀ ਬੱਸ ਨਾ ਉਹ ਕਾਲੀ ਹੈ ਬੱਸ ਨਾ ਲੰਘ ਜੇ ਹਾਂ ਫਿਰ ਦੋ ਧੁੱਪੇ ਮੱਚ ਜਾਏ ਦੁਪਹਿਰੇ ਗਰਮੀ ਹੋਈ ਜੇ ਗਰਮੀ ਹੋ ਗਈ ਮੁੜਕਾਓ ਤੇਰਾ ਮੇਕਅਪ ਉਤਰੂ ਤੇ ਚਲੋ ਚਲੋ ਮੇਕਅਪ ਉਤਰੂ ਕਾਲੀ ਭੁੱਖ ਲੱਗੀ ਫਿਰ ਤੇ ਪਛਾਣ ਨਾ ਨੀ ਕਰੇ ਹਾਂ ਹਾਂ ਮੈਨੂੰ ਤਾਂ ਪਛਾਣ ਨਾ ਤੂੰ ਵੀ ਕਹਾਂ ਰਹਿ ਗਿਆ ਤੈਨੂੰ ਘਰਦਿਆਂ ਨੇ ਪਛਾਣ ਨਾ ਨੀ ਵੀ ਕੌਣ ਆ ਗਈ ਹੈ ਹਾਂ ਹਾਂ ਤਾਂ ਹੀ ਤੇਰੇ ਸੋਹਣੇ ਕਰਕੇ ਵਿਆਹਿਆ ਆਹੋ ਮੈਂ ਨਹੀਂ ਮਾਰੀ
ਮੇਰੇ ਦਿਲ ਤੋਂ ਪੁੱਛ ਕੇ ਦੇ ਹੈ ਤੂੰ ਮਾੜੀ ਅੱਜ ਕਹਿ ਦੇਣਾ ਬਾਅਦ ਚ ਨਾ ਕਹਿ ਦੀ ਮਾੜੀ ਵਾਲੀ ਗੱਲ ਮੇਰਾ ਜੀ ਨੀ ਕਰਦਾ ਤੈਨੂੰ ਭੇਜਣ ਨੂੰ ਸਬਜ਼ੀ ਵਾਲਾ ਲੰਘ ਗਿਆ ਕਿਤੇ ਵੀ ਨੀ ਰਹਿੰਦਾ ਹੈਗਾ ਚੱਲ ਕੋਈ ਨਾ ਇੱਕ ਆਉਂਦਾ ਹੁੰਦਾ 3 ਵਜੇ ਉਹਨੂੰ ਦੇਖਦੀ ਆ ਰਿਸ਼ਤੇਦਾਰੀ ਆ ਤੇਰੇ ਨਾਲ ਤੈਨੂੰ ਪਤਾ ਰਿਸ਼ਤੇਦਾਰੀ ਵੀ ਬਹੁਤ ਡੂੰਘੀ ਆ ਤੂੰ ਆਪਾਂ ਨੇ ਖੇਤੋਂ ਲਿਆ ਕਰ ਤੋੜ ਕੇ ਖੇਤ ਜਾਵੇ ਕੌਣ ਤੂੰ ਪਾ ਗਿਆ ਕਰ ਨਾਲੇ ਰੌਣਕ ਲੱਗ ਜੂ ਸਾਡੇ ਖੇਤ ਨੂੰ ਵੀ ਹੈ ਚਾਰ ਚੰਦ ਕੀ ਪਤਾ ਸਬਜ਼ੀ ਵੱਧ ਲੱਗਣ ਲੱਗ ਜੇ ਤੇਰੇ ਕਰਮਾਂ ਦੀ ਮੇਰੇ ਜਾਣ ਨਾਲ ਜੇ ਸਬਜ਼ੀ ਵੱਧ ਲੱਗਣ ਲੱਗ ਗਈ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਕਈ ਵਾਰੀ ਉਹ ਕਰਮ ਬੰਦੇ ਨੇ ਖਾਣੇ ਆਪਦੇ ਕਰਮ ਆਪਦੇ ਆਪ ਦੇ ਹੁੰਦੇ ਆ ਉਹ ਤੇਰੇ ਕਰਮਾਂ ਦੀ ਲੱਗ ਗਈ ਐ ਤੋੜ ਲੈ ਪੰਜ ਛੇ ਚੀਜ਼ਾਂ ਲੱਗੀਆਂ ਹੋਈਆਂ ਕੱਦੂ ਤੋਰੀ ਭਰਿੰਡੀ ਕਰੇਲੇ ਵੱਡੇ ਕਰੇਲੇ ਲੱਗੇ ਹੋਏ ਆ ਨਾਲੇ ਸ਼ੂਗਰ ਨੀ ਬਣਦੀ ਉਹ ਲਿਆਈ ਤੋੜ ਕੇ ਵੱਧ ਸਮਝਾਤਾ ਵੀ ਸਰਪੰਚ ਸਿਰੇ ਦਾ ਲੁੱਚਾ ਤੇ ਗਾਂਡੂ ਬੰਦਾ ਹੈ ਇਹਦੇ ਨਾਲ ਕਿੰਨੇ ਵਾਰੀ ਲੜਿਆ ਮੇਰੇ ਸਾਲੇ ਨੂੰ ਬੁਲਾ ਵੀ ਲਿਆ ਤਾਂ ਵੀ ਨੀ ਬੋਲਦਾ ਚੱਲ ਠੀਕ ਹੈ ਮੈਂ ਤੈਨੂੰ ਲਿਆ ਸਬਜ਼ੀ ਦੇਖ ਦੇਖ ਮੈਨੂੰ ਫਸਾ ਕੇ ਆਪ ਦੇਖ ਕੇ ਨਾ ਮੈਂ ਜਾਣਾ ਮੈਂ ਸਬਜ਼ੀ ਮੈਂ ਲਿਆ ਜੂ ਕੀ ਹੋ ਗਿਆ ਤੇਰੇ ਘਰ ਵਾਲੇ ਨੂੰ ਬੇ ਤੂੰ ਤਾਂ ਉੱਥੋਂ ਆ ਗਿਆ ਹੁਣ ਤੇ ਮੇਰੇ ਨਾਲ ਮੁੰਡਿਆ ਸੜਕ ਤੇ ਮੈਂ ਮਸਾਣੀ ਆ ਭੱਜ ਗਈ ਤੈਨੂੰ ਡਰਨ ਦੀ ਲੋੜ ਨੀ ਤੂੰ ਸਰਪੰਚ ਦੇ ਘਰੇ ਆ ਗਈ ਆ ਮਾਰਦਾ ਮੁੱਛਾਂ ਨਹੀਂ ਦੇ ਹੱਥ ਸਰਪੰਚ ਦੇ ਘਰੇ ਹੀ ਉਹ ਛੱਡ ਤੂੰ ਕੱਲੀ ਨੂੰ ਛੱਡ ਕੇ ਆ ਗਿਆ ਉਹ ਮੈਂ ਰਿਸ਼ਤੇਦਾਰੀ ਕਰਕੇ ਸੋਚ ਗਿਆ ਉਹ ਕਾਦੀ ਰਿਸ਼ਤੇਦਾਰੀ ਮੈਨੂੰ ਦੱਸ ਕਾਦੀ ਰਿਸ਼ਤੇਦਾਰੀ ਤੈਨੂੰ ਪਤਾ ਹੈਗਾ ਗੱਲ ਸੁਣ ਉਹ ਗੱਲ ਆਏ ਆ ਗੱਲ ਸੁਣ ਤੂੰ ਮੇਰੇ ਹੱਡ ਸੇਕ ਤੇ ਤੇਰੀ ਗੱਲ ਸੁਣੀ ਜਾਵਾਂ ਮੈਂ ਉਹ ਕੋਈ ਗੱਲ ਨਹੀਂ ਕਿੰਨੇ ਤੇਰੇ ਕਿੰਨੇ ਲੱਭੜੇ ਲਾਇਆ ਉਹਨੇ ਮੇਰੇ ਲਬੜੇ ਲਾਏ ਕਸੁੰਨ ਲਾਏ ਉਹਨੇ ਹੈ ਵੇ ਇਥੋਂ ਕੂਣੀ ਕੱਢ ਦੇਣੀ ਸੀ ਤੇ ਉਹਨੇ ਬਾਹਮ ਰੋਡ ਦੇ ਜੁੰਡੇ ਪੱਟਦੇ ਵੇ ਲੋਕ ਹੱਸ ਹੱਸ ਲੱਗਦੇ ਸੀ ਉਹ ਤੂੰ ਫਿਕਰ ਨਾ ਕਰ ਤੇਰੇ ਇੱਕ ਇੱਕ ਮੁੱਕੇ ਦਾ ਇੱਕ ਇੱਕ ਕਸੁੰਨ ਦਾ ਚੰਨੀ ਨੇ ਬਦਲਾ ਨਾ ਲੈਤਾ ਨਾ ਤੇ ਮੇਰਾ ਨਾਮ ਵੀ ਚੰਨੀ ਸਰਪੰਚ ਨਹੀਂ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਆ ਲਾ ਦਾ ਲਾਉਟ ਫਿਰ ਤੂੰ ਉਧਰ ਚੱਲ ਨਾ ਤੂੰ ਡਰਦਾ ਨਾ ਤੂੰ ਲੋਕ ਕੇ ਲਈ ਜਾਂਦੇਗਾ
ਬਾਹਰ ਆਉਂਦੇ ਨਾ ਪੰਗਾ ਲੈ ਆ ਕੇ। ਓਏ ਆਪਾਂ ਆਪਦੇ ਆ ਚ ਕਾਨੂੰਨ ਨਹੀਂ ਲੈਣਾ, ਕਾਨੂੰਨ ਦੀ ਲੜਾਈ ਲੜਾਂਗੇ। ਤੈਨੂੰ ਤਲਾਕ ਦੂੰ ਮੇਰੇ ਸਾਲੇ ਨੂੰ ਹੈ, ਉਦੋਂ ਬਾਅਦ ਤੇਰਾ ਮੈਂ ਤੇਰਾ ਮੇਰਾ ਫੇਰ ਜਿਹੜੇ ਮੇਰੇ ਘਸੋਨ ਲਾਏ ਆ ਵਿਆਹ ਦਾ ਬਾਅਦ ਚ ਸੋਚਣੀ, ਜਿਹੜੇ ਮੇਰੇ ਘਸੋਨ ਲਾਏ ਆ ਉਹ ਲਾ ਕੇ ਆਉਦੇ। ਉਹ ਤੂੰ ਡਰ ਸਰਪੰਚ, ਉਹ ਤੂੰ ਡਰਨਾ, ਉਹ ਮੈਂ ਥਾਣੇ ਫੋਨ ਕਰ ਲੈਂਦੇ ਚੰਡੀਗੜ੍ਹ ਤੀਕਰ ਚੱਲਦੀ ਤੇਰੇ ਯਾਰ ਦੀ। ਆ ਜਾ ਤੂੰ ਫਿਕਰ ਨਾ ਕਰ, ਤੂੰ ਚਾਹ ਪਾਣੀ ਪੀ ਤੇ ਆਰਾਮ ਕਰ। ਆ ਜਾ ਟੁੱਟ ਪੈਣਾ ਉਹਨੇ ਤਾਂ ਕੰਮ ਜੋਗੀ ਵੀ ਛੱਡਿਆ, ਹੱਡ ਸੇਕ ਤੇ ਕਹਿੰਦਾ ਚਾਹ ਪਾਣੀ ਪੀ। ਲੈ ਕੰਮ ਇਹ ਤੇਰਾ ਘਰ ਹੀ ਆ ਹੈਂ, ਤੂੰ ਹੁਣ ਆਪਦਾ ਘਰ ਹੀ ਸਮਝ, ਪਰ ਤੂੰ ਹੈ ਤੇ ਮੇਰੀ ਸਾਲੀ, ਪਰ ਰਿਸ਼ਤਾ ਇਹ ਆਪਾਂ ਦਾ ਕਾਇਮ ਨਹੀਂ ਰਿਹਾ। ਪਰ ਇੱਕ ਛੋਟੀ ਜਿਹੀ ਸਾਂਡੂ ਦੀ ਗਲਤੀ ਕਰਕੇ ਹੈਂ ਆਪਾਂ ਦੇਖ ਲਾ, ਨਾ ਤੂੰ ਸਾਡੇ ਘਰ ਆਉਣੀ ਹੈ ਨਾ ਮੈਂ ਤੁਹਾਡੇ ਘਰ ਜਾਣਾ, ਬਸ ਰਾਹ 'ਚ ਹਾਸੀ ਮਜ਼ਾਕ ਕਰ ਲੈਂਦਾ, ਉਹ ਵੀ ਚੀਜ਼ਾਂ ਸਾੜੀ ਵਾਲਾ ਨਹੀਂ ਸਰਪੰਚ ਵਾਲਾ। ਹੁਣ ਤੇਰਾ ਮੈਂ ਘਰ ਪਵਾ ਦਿੰਦਾ, ਸਾਰਾ ਕੁਛ ਕਰਾ ਦਿੰਦਾ, ਮੇਰਾ ਸਾਲਾ ਮੰਨਦਾ ਹੀ ਨਹੀਂ, ਭੈਣ 24 ਘੰਟੇ ਦਾਰੂ ਨਾਲ ਟੱਕਿਆ ਰਹਿੰਦਾ। ਉਹ ਤਾਂ ਤੁਹਾਨੂੰ ਵੀ ਅਸੀਂ ਵਿਆਹ 'ਚ ਚੁੱਪ ਕਰਾਉਂਦੇ ਰਹੇ, ਤੁਹਾਡੇ 'ਚ ਕੋਈ ਵੀ ਨਹੀਂ ਕਰਿਆ ਹੈਗਾ, ਵਿਆਹ ਵੇਲੇ ਦਾ ਫਰਕ ਪਿਆ ਵਾ, ਆਹ ਕਿੱਥੋਂ ਤੱਕ ਆ ਗਿਆ। ਉਹ ਤੇਰੀ ਗੱਲ ਠੀਕ ਆ, ਉਹਨੇ ਦਾਰੂ ਪੀਤੀ ਵੀ ਮੈਂ ਸੋਫੀ ਸੀ, ਉਹ ਫਿਰ ਮੈਂ ਸਰਪੰਚ ਸੀ, ਅਲੱਗ ਉਹ ਸਰਪੰਚ ਛਿੱਤਰ ਖਾ ਗਿਆ ਯਾਰ ਆਪਦੇ, ਉਹ ਬਸ ਗੁੱਸੇ 'ਚ ਪਤਾ ਹੀ ਨਹੀਂ ਲੱਗਿਆ ਵੀ ਕੀ ਗੱਲਬਾਤ ਹੋ ਗਈ। ਮੈਨੂੰ ਤਾਂ ਉਹਨੇ ਕਿਹਾ ਹੋਇਆ, ਕਹਿੰਦਾ ਸਰਪੰਚ ਨੂੰ ਬੁਲਾਉਣਾ ਨਹੀਂ, ਕਹਿੰਦਾ ਉਹਦੇ ਪੱਟੇ ਹੋਏ ਘਰ ਹਲੇ ਤਾਂ ਕਰਾਸ ਨਹੀਂ ਆਏ। ਲੈ ਮੈਂ ਤੇਰਾ ਘਰ ਵਸਾਉਣਾ, ਮੈਂ ਤੈਨੂੰ ਇੰਨੀਆਂ ਚੀਜ਼ਾਂ ਦਵਾਉਣਾ, ਭਾਵੇਂ ਸਿਲੰਡਰ ਦਵਾਏ, ਇੰਨੀਆਂ ਸਹੂਲਤਾਂ ਦਵਾਈਆਂ, ਭਾਵੇਂ ਪੈਸੇ ਦੀ ਲੋੜ ਹੁੰਦੀ ਹੈ ਤਾਂ ਵੀ। ਕੀ ਹੋ ਰਿਹਾ ਕੰਮੋ? ਮੈਂ ਦਰਦ ਹੁੰਦੀ ਜਾਂਦਾ ਪੇਟ 'ਚ। ਫਿਰ 'ਚ ਦਰਦ ਹੋ ਜਾ? ਲੈ ਕੰਮੋ ਮੇਰੇ ਕੋਲ ਇਹੋ ਜਿਹੀ ਦਵਾਈ ਆ, ਤੂੰ ਯਾਦ ਹੀ ਰੱਖੇਗੀ ਵੀ ਚੰਨੀ ਤੋਂ ਦਵਾਈ ਖਾਧੀ ਸੀ, ਅਤੇ ਮੁੜ ਕੇ ਤੇਰਾ ਦਰਦ ਵੀ ਨਹੀਂ ਹੋਣਾ, ਅਤੇ ਨਾਲੇ ਅੱਜ ਮੈਂ ਫਰਜ ਜੀਜੇ ਸਾਲੇ ਵਾਲਾ ਨਵਾ ਹੀ ਦੇਣਾ। ਤੂੰ ਗੱਲਾਂ ਹੀ ਮਰਜ਼ੀ ਆਏ, ਤੂੰ ਮੈਨੂੰ ਲਿਆ ਕੇ ਦੇਵੇਂਗਾ? ਉਹ ਲਿਆ ਕੇ ਦੇਣਾ ਦਵਾਈ, ਫਿਕਰ ਨਾ ਕਰ। ਲੈ ਕੰਮੋ ਦਵਾਈ ਤੈਨੂੰ ਜਿਹੜੀ ਦੇਣ ਲੱਗੇ ਨਾ, ਇਹ ਦਵਾਈ ਨਾ ਕਿਸੇ ਕਿਸੇ ਨਹੀਂ ਮਿਲਦੀ ਹੈ, ਜਿਹਨੂੰ ਮਿਲ ਗਈ ਉਹਦੇ ਮੁੜ ਕੇ ਦਰਦ ਨਹੀਂ ਹੁੰਦਾ, ਦਰਦ ਹੋਊਗਾ ਵੀ ਦੂਜੇ ਦਾ ਢਿੱਡ 'ਚ ਹੀ ਹੋਊਗਾ, ਹੋਰ ਕਿੱਥੇ ਨਹੀਂ ਹੁੰਦਾ, ਕਿਉਂਕਿ ਇਹ ਦਵਾਈ ਕਮਾਲ ਦੀ ਵਾਲੀ ਹੈ। ਲੈ ਦਿੰਦੀ ਹਾਂ ਇਹਦੇ ਸਾਰੇ ਰੋਗ ਤੋੜ ਦਿੰਦੀ ਹੈ। ਲੈ ਬਾਈ ਲੈ ਕੰਮੋ ਕੰਮੋ ਇਹ ਦਵਾਈ ਪੀਏਗੀ ਤੇ ਆਪਦੀ ਸਾਲੀ ਵਾਲਾ ਫਰਜ਼ ਨਿਭਾਏਗੀ, ਕਿਉਂਕਿ ਇਹ ਦਵਾਈ ਬਹੁਤ ਜ਼ਬਰਦਸਤ ਹੈ, ਇਹ ਬਹੁਤ ਮਹਿੰਗੀ ਹੈ। ਕੰਮੋ ਕੰਮੋ ਖੜੀ ਹੋ, ਤੂੰ ਫਿਕਰ ਨਾ ਕਰ, ਆਹ ਦਵਾਈ ਪੀ ਲੈ ਤੂੰ, ਇਹ ਦਵਾਈ ਪੀ ਕੇ ਨਾ ਤੇਰਾ ਦਰਦ ਨਾ ਛੂ ਮਾਤਰ ਹੋ ਜੂਗਾ। ਹਾਂ ਪੀ, ਹਾਂ ਆਰਾਮਦਾਰੀ ਨਾਲ ਆਰਾਮ ਕਰ, ਬਸ 2 ਮਿੰਟਾਂ ਹੀ ਫਰਕ ਪੈ ਜੂਗਾ। ਹਾਂ ਇਹ ਦਵਾਈ ਕੌੜੀ ਆ, ਦੇਸੀ ਹੈ, ਇਹ ਰੋਗ ਅੰਦਰੋਂ ਪੱਟ ਦਿੰਦੀ ਹੈ। ਮੈਨੂੰ ਨਾ ਨੀਂਦ ਆਉਣ ਲੱਗ ਗਈ। ਚੱਲ ਤੂੰ ਸੌਂ ਜਾ, ਮੈਂ ਕਰਦਾ ਆਪਦਾ ਕੰਮ।
ਜਿਹੜੇ ਕੰਮ ਰਹਿੰਦੇ ਆ ਮੇਰੇ ਉਹ ਪੂਰੇ ਕਰ ਲਾ, ਫਿਰ ਤੇਰੇ ਨਾਲ ਗੱਲਬਾਤ ਕਰਦਾ। ਗੱਲ ਕੀ ਹੋਇਆ ਮੈਂ ਦੱਸ, ਮੈਂ ਡਾਕਟਰ ਨੂੰ ਬੁਲਾ ਲੈਣਾ। ਬਸ ਮਿਹਰਬਾਨੀ ਤੇਰੀ, ਡਾਕਟਰ ਨੂੰ ਬੁਲਾ ਲੈਣਾ। ਉਹ ਗੱਲ ਦੱਸ ਕੀ ਹੋ ਰਿਹਾ, ਤੇਰਾ ਦਰਦ ਹੋ ਰਿਹਾ ਤੈਨੂੰ? ਮੈਂ ਤੂੰ ਮੇਰੇ ਨਾਲ ਕੀ ਕੀਤਾ ਛੇਛੀ ਦੱਸ ਦੇ, ਤੂੰ ਬਹੁਤ ਗੰਦਾ ਬੰਦਾ ਨਿਕਲਿਆ। ਉਹ ਮੈਂ ਤੇਰੇ ਨਾਲ ਕੀ ਕਰਾਂ ਓਏ, ਮੈਂ ਕੁਛ ਨਹੀਂ ਕੀਤਾ ਕੰਮ, ਤੇਰੇ ਨਾਲ ਕੁਛ ਨਹੀਂ ਕੀਤਾ ਮੈਂ। ਬਸ ਇਹ ਤੇ ਭੈਣ ਕਿੱਥੇ? ਮੈਨੂੰ ਭੈਣ ਦੱਸ। ਉਹ ਭੈਣ, ਉਹ ਭੈਣ ਤੇ ਰਾਤ ਦੀ ਹੈਗੀ। ਉਹ ਕਿਉਂ, ਕਿੱਥੇ ਗਈ ਆ? ਉਹ ਪੇਕੇ ਗਈ, ਮਿਲ ਗਈ ਹੋਈ ਆ। ਬਸ ਤਾਂ ਹੀ ਤੂੰ ਮੈਨੂੰ ਕੁਛ ਖਵਾ ਪਿਆ ਕੇ, ਤਾਂ ਜੋ ਮੇਰਾ ਦਰਦ ਹੋ ਜਾਂਦਾ। ਸਨੀ ਸਹੀ ਕਹਿੰਦਾ ਹੁੰਦਾ ਸੀ, ਦੱਸ ਤੂੰ ਮੈਨੂੰ ਕੀ ਕੀਤਾ? ਸਨੀ ਕਹਿੰਦਾ ਹੁੰਦਾ ਸੀ ਸਰਪੰਚ ਕੰਜਰ ਬੰਦਾ ਕਾ, ਦੱਸ ਮੈਨੂੰ ਕੀ ਕੀਤਾ ਨੇ, ਮੈਂ ਰੋਲਾ ਪਾ ਦੂੰ ਦੱਸ। ਉਹ ਕੰਮੋ, ਉਹ ਗੱਲ ਸੁਣ, ਤੂੰ ਹੌਸਲਾ ਰੱਖ, ਮੈਂ ਤੇਰੇ ਨਾਲ ਕੁਛ ਨਹੀਂ ਕੀਤਾ ਹੈ, ਤੂੰ ਮੇਰੀ ਗੱਲ ਦਾ ਵਿਸ਼ਵਾਸ ਕਰ ਹੈ। ਉਹ ਤੇਰਾ ਦਰਦ, ਤੇਰੇ ਕੁੱਟ ਮਾਰ ਕੀਤੀ ਗੱਲ ਉਹਦਾ ਹੋ ਰਿਹਾ, ਮੈਂ ਕੁਛ ਨਹੀਂ ਕੀਤਾ ਤੇਰਾ। ਬਸ ਕਰ। ਉਹ ਮੈਂ ਤਾਂ ਤੈਨੂੰ ਕਦੇ ਸਾਲੀ ਕਹਿ ਕੇ ਨਹੀਂ ਬੁਲਾਇਆ, ਤੂੰ ਮੇਰੀ ਸਾਲੀ ਲੱਗਦੀ ਆ। ਉਹ ਯਾਰ ਦੇਖ, ਤੂੰ ਹਰਕਤਾਂ ਕਰਦਾ ਹੁੰਦਾ ਸੀ ਨਾ, ਮੇਰੇ ਨਾਲ ਗੱਲ ਕਰ ਲੈ, ਮੈਂ ਤੇ ਸਿਲੰਡਰ ਲੈ ਦੂੰ। ਉਹ ਮੈਂ ਤੈਨੂੰ ਐ ਕਹਿੰਦਾ ਵੀ ਆਪਾਂ ਦੀ ਰਿਸ਼ਤੇਦਾਰੀ ਟੁੱਟੀ ਹੋਈ ਆ, ਆਪਾਂ ਦੀ ਰਿਸ਼ਤੇਦਾਰੀ ਬਣਾ ਲੈਣੇ ਦੂਰੀ ਵਾਰ, ਆਪਾਂ ਆਉਣ ਜਾਣ ਕਰਦੇ ਆ, ਉਹ ਗੱਲ ਕਰਦਾ ਹੁੰਦਾ ਸੀ ਹੈ। ਤੂੰ ਗਲਤ ਸਮਝ ਗਈ ਉਹ ਯਾਰ, ਤੈਨੂੰ ਕਿੰਨੇ ਵਾਰੀ ਤੇ ਕਿਹਾ ਸੀ ਮੈਂ, ਉਹ ਮੇਰੀ ਗੱਲ ਆ ਮੰਨ ਲਾ ਵੀ ਆਪਾਂ ਦਾ, ਤੂੰ ਸਾਡੇ ਘਰੇ ਆਇਆ ਕਰ, ਮੈਂ ਤੁਹਾਡੇ ਘਰੇ ਜਾਇਆ ਕਰ ਹੈ। ਕਮਾ ਤੂੰ ਫਿਕਰ ਨਾ ਕਰ। ਭੈਣ, ਭੈਣ ਆ ਗਈ, ਭੈਣੇ ਭੈਣੇ ਭੈਣੇ, ਮੈਨੂੰ ਬਚਾ ਲਾਏ ਤੂੰ, ਤੈਨੂੰ ਨੀ ਪਤਾ ਨੇ ਬਹੁਤ ਗਲਤ ਹਰਕਤ ਕੀਤੀ ਆ ਭੈਣੇ। ਕੰਮਾ ਤੈਨੂੰ ਕੋਈ ਗਲਤ ਫਹਿਮੀ ਆ, ਇਹ ਇਹੋ ਜਿਹੀ ਨਹੀਂ ਹੈਗੀ। ਭੈਣੇ ਤੂੰ ਨੀ ਜਾਣਦੀ, ਇਹ ਬਹੁਤ ਗੰਦਾ ਬੰਦਾ, ਤੂੰ ਮੇਰੇ ਨਾਲ ਥਾਣੇ ਚੱਲ, ਆਪਾਂ ਥਾਣੇ ਚੱਲ ਜਾ, ਮੈਂ ਇਹਨੂੰ ਫਸਾ ਕੇ ਹਟਵਾਉਣਾ ਹੈ ਬੰਦੇ ਨੂੰ। ਨਹੀਂ ਕੰਮਾ, ਆਪਾਂ ਕਿਤੇ ਨੀ ਜਾਣਾ, ਥਾਣੇ ਕੀ ਕਰਨ ਜਾਣਾ, ਇੱਕ ਵਾਰੀ ਮੇਰੀ ਗੱਲ ਤਾਂ ਸੁਣ ਲੈ। ਮੈਂ ਤੇਰੀ ਕੀ ਗੱਲ ਸੁਣਾ ਭੈਣੇ, ਇਹਨੇ ਨੇ ਮੈਨੂੰ ਰਾਤ ਕੁਛ ਪਿਆਇਆ, ਇਹਨੇ ਮੈਨੂੰ ਨਸ਼ੇ 'ਚ ਲਿਆ ਕੇ ਮੇਰੇ ਨਾਲ ਗਲਤ ਕੀਤਾ, ਮੈਨੂੰ ਪਤਾ, ਮੈਂ ਹੁਣ ਥਾਣੇ ਜਾਊਂਗੀ। ਤੇਰੀ ਤਾਂ ਕੋਈ ਇਹ ਜੀ ਨਹੀਂ ਹੈਗੇ, ਤੂੰ ਸਮਝੀ ਕਿਉਂ ਨਹੀਂ? ਮੈਂ ਕੀ ਸਮਝਾਂ, ਮੇਰੇ ਨਾਲ ਗਲਤ ਹੋਇਆ। ਓਏ ਇਹਨੂੰ ਪੁੱਛ ਲਾ, ਮੈਂ ਆਪ ਇਹਨੂੰ ਬੁਲਾਇਆ ਯਾਰ। ਹਾਂ ਕੰਮ ਨੂੰ ਪੁੱਛ ਲਵਾਂ, ਦਵਾਈ ਲੈ ਕੇ ਠੀਕ ਵੀ ਆ। ਕੰਮੋ, ਉਹ ਕੰਮੋ, ਉਹ ਖੜੀ ਹੋ। ਹਾਂ ਬਈ, ਕੀ ਹੋ ਗਿਆ? ਮੈਨੂੰ ਨਾ ਬੁਲਾਵੇ, ਮੈਨੂੰ ਸੌ ਜਾਣ ਦੇ। ਸੌ ਜਾਣ ਦੇ, ਕੋਈ ਤਕਲੀਫ ਆ ਤੈਨੂੰ? ਨਹੀਂ, ਮੇਰਾ ਤਾਂ ਨਾ ਇੱਕ ਤਾਂ ਪੇਟ ਦਰਦ ਕਰੀ ਜਾਂਦਾ ਹੈ, ਸਿਰ ਜਾ ਘੁੰਮੀ ਜਾਂਦਾ ਗਾ। ਮੈਨੂੰ ਤਾਂ ਲੱਗਦਾ ਦਵਾਈ ਮੈਂ ਵੱਧ ਦੇ ਦਿੱਤੀ, ਉਹ ਮੈਨੂੰ ਕੀ ਪਤਾ ਸੀ, ਉਹ ਅੱਗੇ ਦਵਾਈ ਤੇਰੀ ਭੈਣ ਵੀ ਲੈਂਦੀ ਹੁੰਦੀ ਸੀ। ਚਾਹੋ ਫੋਨ ਕਰਦਾ ਤੇਰੀ ਭੈਣ ਨੂੰ, ਨਾਲੇ ਜਿਹੜਾ ਤੇਰਾ ਉਹਨੂੰ ਕੁੱਟ ਮਾਰ ਕੀਤੀ ਨਾ, ਉਹ ਤੋਂ ਵੀ ਖੜਾ ਛੁਡਾਊਂਗਾ ਹੈ, ਤਾਂ ਤੈਨੂੰ ਤਲਾਕ ਹੀ ਦਵਾਉਣਾ, ਤੇਰੀ ਭੈਣ ਨੂੰ ਬੁਲਾਉਣਾ। ਚੱਲ ਮੈਂ ਬਾਹਰ ਸੁਣਨ ਵਾਲੇ, ਪਹਿਲਾਂ ਫੋਨ ਲਾਉਣਾ ਤੇਰੀ ਭੈਣ ਨੂੰ। ਉਹ ਯਾਰ ਮੈਂ ਤਾਂ ਗਲਤ ਹੀ ਕੰਮ ਕਰ ਲਿਆ, ਦਵਾਈ ਦੇ ਕੇ। ਹੈਲੋ ਅਨੀਤਾ,
ਓ ਰੀਤਾ ਉਹ ਤੂੰ ਆਇਆ ਕਰ, ਉਹ ਤੂੰ ਦੋ ਚਾਰ ਦਿਨ ਫੇਰ ਰਹਿ ਜੀ, ਤੂੰ ਆਇਆ ਕਰ ਇੱਕ ਵਾਰੀ ਆ ਜਾ, ਉਹ ਐ ਉਹ ਕੰਮੋਂ ਆਈ ਆ, ਉਹ ਤੇਰੀ ਸਹੇਲੀ ਉਹ ਸਹੇਲੀ ਤੇ ਤੇਰੀ ਭੈਣ ਹੀ ਆ, ਉਹ ਸਹੇਲੀ ਕਿਉਂ ਕਹਿਣੀ ਆ ਤੂੰ, ਚੱਲ ਉਹ ਇੱਕ ਵਾਰੀ ਤੂੰ ਘਰੇ ਆ ਜਾ, ਉਹ ਤੈਨੂੰ ਉਹ ਯਾਰ ਘਰੋਂ ਕੁੱਟ ਕੇ ਭੇਜ ਦੇ ਯਾਰ, ਉਹਨੂੰ ਤਲਾਕ ਹੀ ਦਵਾਉਣੇ ਯਾਰ ਆਪਾਂ ਉਹਨੂੰ, ਹੈਂ ਉਹਦਾ ਆਪਾਂ ਹੋਰ ਕਿੱਥੇ ਕਰਾਂਗੇ ਵਿਆਹ, ਉਹ ਨਰਕ ਚੋਂ ਕਢਾਈ ਉਹਨੂੰ ਵਿਚਾਰੀ ਨੂੰ। ਚੱਲ ਠੀਕ ਆ ਆ ਜੀ, ਚੰਗਾ ਚੱਲ ਠੀਕ ਆ ਚੰਗਾ ਯਾਰ ਕੰਮੋ, ਚੱਲ ਤੂੰ ਕਰ ਰਹਾ ਵਾ, ਚੱਲ ਮੈਂ ਬਾਹਰ ਰੱਖਾਂ, ਕੋਈ ਤਕਲੀਫ ਹੋਈ ਮੈਨੂੰ ਆਵਾਜ਼ ਮਾਰ ਲਈ, ਚੰਗਾ ਆਹ ਪਾਣੀ ਪਿਆ ਦਵਾਈ ਵੱਧ ਦੇ ਤੀ ਆਪਦਾ। ਮੈਂ ਤਾਂ ਹਜੇ ਦੋ ਚਾਰ ਦਿਨ ਹੋਰ ਲਾ ਕੇ ਆਉਣੇ ਸੀਗੇ, ਇਹ ਮੈਨੂੰ ਕਹਿੰਦੇ ਵੀ ਸਨੀ ਜ਼ਿਆਦਾ ਕੁੱਟਮਾਰ ਕਰਦਾ ਵੀ ਤੂੰ ਘਰੇ ਆ, ਆਪਾਂ ਕੰਮੋਂ ਦਾ ਨਿਬੇੜਾ ਕਰਨਾ ਹੈ ਉਧਰੋਂ। ਮੈਂ ਤਾਂ ਤੇਰੇ ਕੋਲ ਕੱਲ ਜਾਈ ਆ ਕੰਮਾਂ, ਜਦੋਂ ਤੂੰ ਸੌਂ ਗਈ ਸੀ ਨਾ ਮੈਨੂੰ, ਮੈਂ ਘਬਰਾ ਗਿਆ ਸੀ, ਪਤਾ ਨਹੀਂ ਮੈਂ ਕੀ ਹੋ ਗਿਆ, ਤੂੰ ਇੱਕਦਮ ਸੌਂ ਗਈ, ਉਹਦੇ ਪੁੱਟ ਮਾਰ ਕਰਕੇ ਉਹ ਤੇ ਨਸ਼ਾ ਹੋ ਗਿਆ, ਮੈਂ ਨਾਲ ਦੀ ਨਾਲ ਫੋਨ ਲਾਇਆ, ਮੈਂ ਤੂੰ ਜਲਦੀ ਜਲਦੀ ਆ, ਹੈਂ ਉਹ ਮੈਂ ਤਾਂ ਕਰਕੇ ਮੈਂ ਤਾਂ ਰਿਸ਼ਤੇ ਆਪਾਂ ਦੇ ਜੀਜਾ ਸਾਲੀ ਵਾਲਾ ਰਿਸ਼ਤਾ ਮੈਂ ਬਚਾ ਰਿਹਾ ਸੀ, ਹੈਂ ਮੈਂ ਇਹਨੂੰ ਤਾਂ ਬੁਲਾਇਆ ਕਰਕੇ ਤਾਂ ਬੁਲਾਇਆ ਕਿ ਆਪਾਂ ਜਿਹੜਾ ਆਪਾਂ ਦਾ ਰਿਸ਼ਤਾ ਨਾ ਜੀਜਾ ਸਾਲੀ ਵਾਲਾ ਉਹ ਨਿਭਦਾ ਰਹੇ, ਉਹ ਗੰਦੇ ਬੰਦੇ ਪਿੱਛੇ ਲੱਗ ਕੇ ਨਾ ਤੂੰ ਆਪਦਾ ਘਰ ਬਰਬਾਦ ਕਰ ਰਹੀ ਹੈ, ਉਹ ਨਸ਼ੇੜੀ ਬੰਦਾ ਉਹ ਨਹੀਂ ਸੁਧਰ ਸਕਦਾ, ਮੈਂ ਇਸੇ ਕਰਕੇ ਕਹਿ ਇਹਨੂੰ ਬੁਲਾਇਆ ਵੀ ਤੈਨੂੰ ਉਹ ਤੋਂ ਤਲਾਕ ਦਵਾਵਾਂ, ਤੈਨੂੰ ਤਲਾਕ ਦਵਾਵਾਂ ਮੈਂ ਤੋਂ, ਹੈਂ ਪਰ ਤੂੰ ਕੰਮੋ ਫਿਰ ਵੀ ਫਿਕਰ ਨਾ ਕਰ, ਜ਼ਰੂਰੀ ਨਹੀਂ ਕਿ ਤਲਾਕ ਹੀ ਲੈਣਾ, ਆਪਾਂ ਦੋ ਤਿੰਨ ਮਹੀਨੇ ਦੇਖਦੇ ਹਾਂ, ਤੂੰ ਇੱਥੇ ਰਹਿ ਮੇਰੇ ਕੋਲੇ, ਜੇ ਸੁਧਰਦਾ ਤਾਂ ਚੰਗੀ ਗੱਲ ਆ, ਨਹੀਂ ਪਰ ਤਲਾਕ ਲੈ ਲਾ। ਹਾਂ ਤੇਰੇ ਵਾਸਤੇ ਮੈਂ ਮੁੰਡਾ ਲੱਭੀ ਬੈਠਾ, ਜੇ ਤੂੰ ਉਧਰੋਂ ਤਲਾਕ ਮਿਲ ਗਿਆ ਠੀਕ ਹੈ, ਜੇ ਸੁਧਰ ਗਿਆ ਤੇ ਬਾਲੀ ਵਧੀਆ ਗੱਲ ਆ, ਜੇ ਨਹੀਂ ਸੁਧਰਦਾ ਤੇਰਾ ਵਿਆਹ ਵੀ ਮੈਂ ਕਰ ਹੀ ਦੇਣਾ। ਹੈਂ ਤੈਨੂੰ ਸਹੀ ਦੱਸਾਂ ਰੀਤ, ਪਤਾ ਨਹੀਂ ਮੈਂ ਕਿੰਨੀਆਂ ਕੁ ਤਕਲੀਫਾਂ ਚੋਂ ਗੁਜ਼ਰਦੀ ਸੀ, ਪਰ ਫਿਰ ਵੀ ਮੈਂ ਹੱਸਦੀ ਫਿਰਦੀ ਰਹਿੰਦੀ ਸੀਗੀ, ਮੇਰੇ ਜਦੋਂ ਅਚਾਨਕ ਦਰਦ ਹੋਇਆ ਮੈਂ ਸੋਚਿਆ ਕਿਤੇ ਮੇਰੇ ਨਾਲ ਕੁਛ ਗਲਤ ਹੋ ਗਿਆ, ਇਹ ਵੈਸੇ ਹੋ ਜਾਂਦਾ ਹੁੰਦਾ ਹੈ, ਮਾਫ ਕਰ ਦੋ ਮੈਨੂੰ, ਮੇਰੀ ਗਲਤੀ ਹੈ। ਉਹ ਠੀਕ ਹੈ ਕੰਮੋਂ, ਗਲਤੀ ਮੰਗਣ ਦੀ ਲੋੜ ਨਹੀਂ, ਗਲਤ ਫਹਿਮੀ ਤਾਂ ਹੋ ਜਾਂਦੀ ਹੈ ਬੰਦੇ ਨੂੰ, ਹੈ ਪਰ ਐ ਆ ਕੱਲ ਨੂੰ ਕੁੱਟ ਮਾਰ ਵਾਲਾ ਕੀਤਾ ਤੇ ਢਿੱਡ ਢੁੱਡ ਚ ਮੁੱਕੀ ਵੱਜੀ, ਹੋਰ ਦਰਦ ਹੋ ਰਿਹਾ, ਚੱਲ ਕੋਈ ਗੱਲ ਨੀ, ਚੱਲ ਮੈਂ ਡਾਕਟਰ ਨੂੰ ਲੈ ਕੇ ਆਉਣਾ, ਚੱਲ ਆ ਜਾ ਆਪਾਂ ਅੰਦਰ ਚੱਲਦੇ ਹਾਂ। ਹਾਂਜੀ ਦੋਸਤੋ, ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਤੁਸੀਂ ਆਪਣੇ ਚੈਨਲ ਦੇ ਆਪਣੀ ਹੁਣੇ ਹੁਣੇ ਵੀਡੀਓ ਵੇਖ ਕੇ ਹਟਿਓ, ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਹਾਂਜੀ ਆਹ ਆਪਣੀ ਨਵੀਂ ਟੀਮ ਹੈਗੀ, ਟੀਮ ਨੂੰ ਸਪੋਰਟ ਕਰੋ, ਕਿੱਦਾਂ ਦੀਆਂ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਿਆ ਕਰੀਏ, ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਦਿਆ ਕਰੋ, ਜੇ ਕੋਈ ਸਾਨੂੰ ਸਟੋਰੀ ਦੇਣਾ ਚਾਹੁੰਦਾ ਜੋ ਵੀ ਤੁਹਾਡੇ ਆਲੇ ਦੁਆਲੇ ਬੀਤਦਾ ਗਾ ਸਾਨੂੰ ਸਾਡੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦਾ, ਤੇ ਵੀਡੀਓ ਦੱਸਿਓ ਕਿਵੇਂ ਦੀ ਲੱਗੀ। ਬਾਕੀ ਡਿਸਕ੍ਰਿਪਸ਼ਨ 'ਚ ਬਾਈ ਦਾ ਨੰਬਰ ਆ ਚੰਨੀ ਦਾ, ਉਹਦੇ 'ਤੇ ਤੁਸੀਂ ਕਿਸੇ ਟਾਈਮ ਵੀ ਫੋਨ ਕਰਕੇ ਕੋਈ ਵੀ ਜਾਣਕਾਰੀ ਦੇਣੀ ਆ ਜਾਂ ਕੋਈ ਸਟੋਰੀ ਬਾਰੇ ਤਾਂ ਦੇ ਸਕਦਾ। ਧੰਨਵਾਦ, ਧੰਨਵਾਦ ਜੀ ਸਾਰਾ।